ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਪੰਜਾਬ ਸਕਸੈਸ ਮੰਤਰਾ ਪੰਜਾਬ ਸਕਸੈਸ ਮੰਤਰਾ ਦੇ YouTube ਚੈਨਲ ਉਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਮੇਰਾ ਨਾਮ ਹੈ ਰੋਹਿਤ ਮਿੱੱਡਾ ਤਾਂ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਪੰਜਾਬ ਸਕਸੈਸ ਮੰਤਰਾ ਦੇ ਟੀਮ ਵੱਲੋਂ ਐਕਸਾਈਜ਼ ਇੰਸਪੈਕਟਰ एग्जाम ਨੂੰ ਟਾਰਗੇਟ ਕਰਦੇ ਹੋਏ ਅਸੀਂ ਇੱਕ MCQ ਸੀਰੀਜ਼ ਸਾਡੇ YouTube ਚੈਨਲ ਦੇ ਉੱਤੇ ਤੁਹਾਡੇ ਲਈ ਸਟਾਰਟ ਕੀਤੀ ਹੋਈ ਹੈ ਜਿਸ ਨੂੰ ਲੈ ਕੇ ਡਿਫਰੈਂਟ ਡਿਫਰੈਂਟ ਸਬਜੈਕਟਸ ਦਾ ਡੇਲੀ ਇੱਕ ਕਲਾਸ ਸ਼ਾਮੀ 5 ਵਜੇ ਕੰਡਕਟ ਕੀਤੀ ਜਾਂਦੀ ਹੈ ਤਾਕੀ ਤੁਹਾਡੀ ਪ੍ਰੀਪਰੇਸ਼ਨ ਜਿਹੜੀ ਹੈਗੀ ਆ ਉਸ ਨੂੰ ਵਧੀਆ ਤਰੀਕੇ ਦੇ ਨਾਲ ਐਨਹਾਂਸ ਕੀਤਾ ਜਾ ਸਕੇ ਤੁਹਾਡੀ ਐਮਸੀਕਿਊ ਰਿਵੀਜ਼ਨ ਜਿੰਨੀ ਜ਼ਿਆਦਾ ਹੋ ਸਕੇ ਅਸੀਂ ਕਰਵਾ ਸਕੀਏ ਅਗਰ ਆਪਾਂ ਐਗਜ਼ਾਮ ਦੀ ਗੱਲ ਕਰੀਏ ਸਾਡੇ ਪੇਪਰ ਦੀ ਗੱਲ ਆਪਾਂ ਕਰਦੇ ਆ ਜਿਹੜੇ ਵਿੱਚ ਪੀਪੀਐਸਸੀ ਦੇ ਵਿੱਚ ਪੈਟਰਨ ਹੁੰਦਾ ਸੀਗਾ ਪੀਪੀਐਸਸੀ ਦੇ ਵਿੱਚ ਜਦੋਂ ਆਪਾਂ ਹਿਸਟਰੀ ਦੀ ਗੱਲ ਕਰਦੇ ਆ ਤਾਂ ਪੀਪੀਐਸਸੀ ਦੇ ਵਿੱਚ ਇੱਕ ਰੂਟੀਨ ਦਿੱਤੀ ਹੁੰਦੀ ਸੀਗੀ ਸਪੈਸ਼ਲ ਫੋਕਸ ਜਿਹੜਾ ਹੋਊਗਾ ਉਹ ਮਾਡਰਨ ਹਿਸਟਰੀ ਦੇ ਉੱਤੇ ਹੋਊਗਾ ਇੰਡੀਅਨ ਫਰੀडम ਸਟ੍ਰਗਲ ਵਾਲੇ ਪਾਰਟ ਤੇ ਹੋਊਗਾ ਉਸੇ ਚੀਜ਼ ਨੂੰ ਕਾਪੀ ਕਰਦੇ ਹੋਏ ਹੁਣ TTSB ਨੇ ਵੀ ਜਦੋਂ ਆਪਣੇ ਐਗਜ਼ਾਮਸ ਦਾ ਸਿਲੇਬਸ ਰਿਵਾਈਜ਼ ਕੀਤਾ 2022 ਦੇ ਵਿੱਚ ਤਾਂ ਇਹਨਾਂ ਨੇ ਵੀ ਸੇਮ ਮੁਹੀਮ ਜਿਹੜੀ ਹੈ ਫੋਲੋ ਕੀਤੀ ਤੇ ਇਹਨਾਂ ਨੇ ਵੀ ਆਪਣੇ ਸਿਲੇਬਸ ਦੇ ਵਿੱਚ ਦਿੱਤਾ ਹੈ ਕਿ ਹੁਣ ਜਿਹੜਾ ਸਪੈਸ਼ਲ ਫੋਕਸ ਹਿਸਟਰੀ ਨੂੰ ਲੈ ਕੇ ਹੋਊਗਾ ਉਹ ਹੋਏਗਾ ਮਾਡਰਨ ਹਿਸਟਰੀ ਨੂੰ ਲੈ ਕੇ ਇੰਡੀਅਨ ਫ੍ਰੀडम ਸਟਰਗਲ ਵਾਲੇ 파ਰਟ ਨੂੰ ਲੈ ਕੇ ਤਾਂ ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਮਾਡਰਨ ਹਿਸਟਰੀ ਇੰਡੀਅਨ ਫ੍ਰੀडम ਸਟਰਗਲ ਦੇ ਕੁਝ ਮੋਸਟ ਇੰਪੋਰਟੈਂਟ ਕੁਐਸਚਨਸ ਨੂੰ ਡਿਸਕਸ ਕਰਾਂਗੇ ਕੁਐਸਚਨਸ ਬਹੁਤ ਵਧੀਆ ਹੋਣ ਵਾਲੇ ਨੇ ਤੁਹਾਨੂੰ ਬਹੁਤ ਮਜ਼ਾ ਆਏਗਾ ਜਿਵੇਂ ਜਿਵੇਂ ਕੁਐਸਚਨਸ ਚੱਲਣਗੇ ਤਾਂ ਇੱਕ ਵਾਰੀ ਤਾਂ ਕਲਾਸ ਨੂੰ ਫਟਾਫਟ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਦੋਸਤ ਮਿੱਤਰ ਸੱਜਣ ਸਾਡੇ ਨਾਲ ਜੁੜ ਜਾਣ ਇਸ ਦੇ ਨਾਲ ਨਾਲ ਮੈਂ ਤੁਹਾਨੂੰ ਦੱਸਦਾ ਕਿ ਗੁੱਡ ਈਵਨਿੰਗ ਸਾਰਿਆਂ ਨੂੰ ਗੁੱਡ ਈਵਨਿੰਗ ਗੀਤਾ ਮਨਦੀਪ ਰਮਨ ਰਣਵੀਰ ਅਮਨਜੋਤ ਬਿੰਦਰ ਜੋਨੀ ਹਾਂਜੀ ਕ੍ਰਿਸ਼ਨਾ ਦੀਪ ਜੀ जी करंट अफेयर की क्लास है अब मॉर्निंग में नहीं हो सकी बट एक क्लास तू तो शामी साढ़े सत्त बजे प्रोवाइड करवाई जाएगी सैवन थर्ट पीएम त ठीक है क्लास होएगी क्लास होएगी डोंट वरी हाँ जी क्रिकेट लवर जी हैलो ठीक है मैच चल रहे अज भी चलो इस तो बाद मैं तुम्हें तो दसदा कि जेडे भी बच्चे साढ़े यूट्यूब चैनल पर नवे आ रहे हैं यूट्यूब चैनल सबसक्राइब कर लिया करो क्योंकि साड़ी टीम वो डिफरेंट डिफरेंट इनीशिएटिव जोड़े ने टाइम टू टाइम अभी लॉन्च कर रहे हैं ठीक है यूट्यूब चैनल सबसक्राइब कर दो यूट्यूब चैनल में सबसक्राइब कर दो क्लीयर जी चलो टी शर्ट भी मॉडर्न हिस्ट्रीम रिप्रजेंट कर दी है चलो जी ठीक है जी इंदर जी चलो जी हेलो जी हेलो आई एम गुड मैं उम्मीद करता तुम तो सारे भी ठीक हो गए तो देखो स्टार्ट कर तो भी दसदा कि अज तो यानी कि तीन नवंबर दो हज़ार बई तो असी एक क्रैश कोर्स भी स्टार्ट किया दैट इज अ टारगेट टारगेट क्रैश कोर्स फॉर द फोर एग्जाम्स जिसनों टारगेट कर रहे हैं दैट इज एक्साइज इंस्पेक्टर वीडियो पीटर प्लस बी क्लर्क सीनियर असिस्टेंट ਕਿਉਂਕਿ ਇਹ ਚਾਰ ਚਾਰੋਂ ਇਗਜ਼ਾਮ ਜਿਹੜੇ ਨੇ ਇਹ ਜਨਵਰੀ ਮਹੀਨੇ ਦੇ ਵਿੱਚ ਐਕਸਪੈਕਟਡ ਡੇ ਤਿੰਨ ਇਗਜ਼ਾਮ ਦੀ ਤਾਂ ਡੇਟ ਵੀ ਸਾਡੇ ਕੋਲ ਹੈਗੀ ਹੈ ਜਨਵਰੀ ਦੇ ਵਿੱਚ ਤੇ ਚੌਥਾ ਇਗਜ਼ਾਮ ਅਸੀਂ ਸੀਨੀਅਰ ਅਸਿਸਟੈਂਟ ਦਾ ਜਨਵਰੀ ਦੇ ਵਿੱਚ ਐਕਸਪੈਕਟ ਕਰਦੇ ਆ ਇਹਨਾਂ ਨੂੰ ਟਾਰਗੇਟ ਕਰਦੇ ਹੋਏ ਇੱਕ ਕੰਪਰੀਹੈਂਸਿਵ ਕ੍ਰੈਸ਼ ਕੋਰਸ ਅਸੀਂ ਸਟਾਰਟ ਕੀਤਾ ਹੈ ਇਹ ਆਫਲਾਈਨ ਮੀਡੀਅਮ ਦੇ ਵਿੱਚ ਵੀ ਅਵੇਲੇਬਲ ਹੈ ਆਨਲਾਈਨ ਵੀ ਅਵੇਲੇਬਲ ਹੈ ਤੁਸੀਂ ਆਪਣੀ ਇੱਛਾ ਅਨੁਸਾਰ ਇਸ ਨੂੰ ਜੁਆਇਨ ਕਰ ਸਕਦੇ ਹੋ ਬਾਏਨ ਕਰਨ ਦੇ ਲਈ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਅਵੇਲੇਬਲ ਹੋਏਗਾ ਜਾਂ ਫਿਰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਗਏ ਨੰਬਰ ਤੇ ਤੁਸੀਂ ਕੰਟੈਕਟ ਵੀ ਕਰ ਸਕਦੇ ਹੋ ਅੱਜ ਤੋਂ ਹੀ ਕਲਾਸਿਸ ਸਟਾਰਟ ਹੋਈਆਂ ਪਹਿਲੀ ਕਲਾਸ ਜਿਹੜੀ ਹੈ ਉਹ ਸਾਰਿਆਂ ਨੂੰ ਰਿਕਾਰਡਡ ਵੇ ਦੇ ਵਿੱਚ ਮਿਲ ਜਾਏਗੀ ਠੀਕ ਹੈ ਇਸ ਕਲਾਸ ਦੇ ਵਿੱਚ ਇਸ ਦਾ ਕੋਰਸ ਹੈਗਾ ਕੋਰਸ ਹੈਗਾ ਇਹ 50 ਦਿਨ ਦਾ ਕੋਰਸ ਹੈ 50 ਦਿਨ ਦੇ ਵਿੱਚ ਤੁਹਾਨੂੰ ਕੰਪਲੀਟ ਪ੍ਰੈਪਰੇਸ਼ਨ ਜਿਹੜੀ ਹੈਗੀ ਹੈ ਬੇਸਿਕ ਤੋਂ ਐਡਵਾਂਸ ਲੈਵਲ ਦੀ ਕਰਵਾਈ ਜਾਊਗੀ ਕਲੀਅਰ ਗਾਇਸ ਚਲੋ ਚੱਲਦੇ ਆ ਅੱਗੇ ਹਾਂਜੀ ਜੋ ਵੀ ਡਾਊਟ ਆ ਰਹੇ ਨੇ ਇੱਕ ਵਾਰੀ ਆਪਾਂ ਦੇਖ ਲਈਏ ਰਜਿੰਦਰ ਸਿੰਘ ਜੀ ਪੁੱਛ ਰਹੇ ਨੇ ਟੈਸਟ ਪੇਪਰ ਐਕਸਰਸਾਈਜ਼ ਇੰਸਪੈਕਟਰ ਲਈ ਆਪਾਂ ਬਹੁਤ ਜਲਦੀ ਲਾਂਚ ਕਰਾਂਗੇ ਰਜਿੰਦਰ ਜੀ हां जी पी प्लस बी ਜਿਹੜਾ ਕਲਰਕ ਦਾ ਐਗਜ਼ਾਮ ਦਸੰਬਰ ਮਹੀਨੇ ਦੇ ਵਿੱਚ ਹੋਣ ਜਾ ਰਹੇ ਆ ਉਸ ਨੂੰ ਲੈ ਕੇ ਟੈਸਟ ਸੀਰੀਜ਼ ਜਿਹੜੀ ਹੈ ਉਹ ਲਾਂਚ ਕੀਤੀ ਜਾ ਰਹੀ ਹੈ ਠੀਕ ਹੈ ਕੱਲ ਤੱਕ ਤੁਹਾਨੂੰ अवेलेबल ਹੋ ਜਾਏਗੀ ਇਸ ਤੋਂ ਇਲਾਵਾ हां जी ਐਮ ਐਚ ਮਾਡਰਨ ਹਿਸਟਰੀ ਚਲੋ ਸਰ ਕੱਲ ਵਾਲੇ ਮੌਕ ਟੈਸਟ ਗੜਬੜ ਸੀ ਥੋੜੀ ਜੀ ਇੰਗਲਿਸ਼ ਕੁਸ਼ਨ ਨਹੀਂ ਹੈ ਸਟੇਟਮੈਂਟਸ ਵਿਜੀਬਲ ਨਹੀਂ ਸੀਗੇ ਆਮ ਸੌਰੀ ਫॉर दैट ਮੌਕ ਟੈਸਟ ਨੂੰ ਲੈ ਕੇ ਵੀ ਮੈਂ ਥੋੜੀ ਦੇਰ ਤੱਕ ਤੁਹਾਡੇ ਲਈ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਉਂਗਾ ਡੋਨਟ ਵਰੀ ਠੀਕ ਹੈ ਉਸ ਮੌਕ ਉਸ ਮੌਕ ਟੈਸਟ ਨੂੰ ਲੈ ਕੇ ਉਸ ਦਾ ਰਿਜ਼ਲਟ ਜਿਹੜਾ ਹੈਗਾ ਮੈਂ ਤੁਹਾਡੇ ਸਾਹਮਣੇ ਲੈ ਕੇ ਆਉਂਗਾ ਉਸ ਦਾ ਰਿਜ਼ਲਟ ਤੁਹਾਡੇ ਸਾਹਮਣੇ ਪ੍ਰੈਜੈਂਟ ਕਰਾਂਗਾ ਡਾਟ ਵਰੀ ਜੋ ਵੀ ਤੁਸੀਂ ਪਪਾ ਮੈਂ ਤੁਹਾਡੀ ਹੋ ਤੇ ਰਹੀ ਤੁਹਾਨੂੰ ਜ਼ਰੂਰ ਦੱਸੂਗਾ ਚਲੋ ਅਰਧੀ ਕਲਾਸ ਦੇ ਵੱਲ ਚੱਲਦੇ ਆਂ ਡਿਸਕਸ ਕਰਦੇ ਆਂ ਅਰਧੀ ਕਲਾਸ ਦਾ ਸਾਡੇ ਕੁਸ਼ੈਨਸ ਦਾ ਪਹਿਲਾ ਕੁਸ਼ੈਨ ਸਾਡੀ ਸਕਰੀਨ ਦੇ ਉੱਤੇ ਆ ਚੁੱਕਿਆ ਹੈ ਹਾਂਜੀ ਪਹਿਲਾ ਕੁਸ਼ੈਨ ਸਕਰੀਨ ਦੇ ਉੱਤੇ ਆ ਚੁੱਕਿਆ ਸਾਰੇ ਬੱਚਿਆਂ ਨੇ ਆਨਸਰ ਕਰਨੇ ਆ ਜਿਹਨੂੰ ਆਨਸਰ ਨਹੀਂ ਪਤਾ ਹੋਏਗਾ ਉਹ ਚੈਟ ਬਾਕਸ ਦੇ ਵਿੱਚ ਸਕਿਪ ਲਿਖੇਗਾ ਬਟ ਆਪਣੀ ਪ੍ਰੈਜ਼ੈਂਸ ਨੂੰ ਸਾਰੇ ਬੱਚੇ ਸ਼ੋਅ ਕਰਨਗੇ ਠੀਕ ਹੈ ਇੱਕ ਵਾਰੀ ਇੱਥੇ ਕੀ ਕਰ ਦੋ ਸੈਕਸ਼ਨ ਨੂੰ ਸ਼ੇਅਰ ਕਰ ਦੋ ਤਾਂ ਕਿ ਜਿਹੜੇ ਬੱਚੇ ਆਏ ਉਹ ਆ ਜਾਣ ਇੱਥੇ

1919 ਦੇ ਵਿੱਚ ਜਦੋਂ ਗਵਰਨਮੈਂਟ ਆਫ ਇੰਡੀਆ ਐਕਟ ਆਇਆ ਸੀਗਾ ਉਸ ਟਾਈਮ ਤੇ ਹੀ ਡਿਸਾਈਡ ਕੀਤਾ ਗਿਆ ਸੀਗਾ ਕਿ 10 ਸਾਲ ਬਾਅਦ ਇੱਕ ਕਮਿਸ਼ਨ ਬੈਠੇਗਾ ਉਸ ਟਾਈਮ ਤੇ ਇੰਡੀਆ ਦਾ ਐਡਮਿਨਿਸਟ੍ਰੇਸ਼ਨ ਦੇਖਣ ਵਾਸਤੇ ਕਿ ਇੰਡੀਆ ਦੇ ਵਿੱਚ ਐਡਮਿਨਿਸਟ੍ਰੇਸ਼ਨ ਰੀਫਾਰਮਸ ਕਿਸ ਤਰ੍ਹਾਂ ਕੀਤੀਆਂ ਜਾ ਸਕਦੀਆਂ ਨੇ ਐਡਮਿਨਿਸਟ੍ਰੇਟਿਵ ਰੀਫਾਰਮਸ ਕਿਸ ਤਰ੍ਹਾਂ ਕੀਤੀਆਂ ਜਾ ਸਕਦੀਆਂ ਨੇ ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਵਿੱਚ ਕੀ ਇੰਪਰੂਵਮੈਂਟ ਕੀਤੀਆਂ ਜਾ ਸਕਦੀਆਂ ਨੇ ਤਾਂ 1927 ਦੇ ਵਿੱਚ ਸਾਈਮਨ ਕਮਿਸ਼ਨ ਦੀ ਰਚਨਾ ਹੁੰਦੀ ਹੈ ਫਰਵਰੀ 1928 ਦੇ ਵਿੱਚ ਸਾਈਮਨ ਕਮਿਸ਼ਨ ਜਿਹੜਾ ਹੈ ਭਾਰਤ ਆਉਂਦਾ ਇਸ ਦੇ ਵਿੱਚ 7 ਮੈਂਬਰ ਸੀਗੇ ਇਨਕਲੂਡਿੰਗ ਦਾ ਸਰ ਜੌਨ ਸਾਈਮਨ ਤੇ ਜਿਹੜੇ ਬਾਅਦ ਦੇ ਵਿੱਚ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਬਣੇ ਬਾਅਦ ਦੇ ਵਿੱਚ ਬ੍ਰਿਟੇਨ ਦੇ ਪ੍ਰਾਈਮ ਮਿਨਿਸਟਰ ਬਣੇ ਕਲੈਮੈਂਟ ਐਟਲੇ OVS ਦੇ ਮੈਂਬਰ ਸੀਗੇ ਟੋਟਲ 7 ਮੈਂਬਰ ਦੇ ਇਹ ਜਿਹੜਾ ਕਮਿਸ਼ਨ ਸੀਗਾ ਇਹ ਬਣਿਆ ਹੋਇਆ ਸੀਗਾ ਤਾਂ ਇਹ ਜਦੋਂ ਸਾਈਮਨ ਕਮਿਸ਼ਨ ਭਾਰਤ ਦੇ ਵਿੱਚ ਆਉਂਦਾ ਇਸ ਦਾ ਵਿਰੋਧ ਕੀਤਾ ਜਾਂਦਾ ਹੈਗਾ ਇਸ ਦਾ ਵਿਰੋਧ ਕਿਉਂ ਕੀਤਾ ਗਿਆ ਸੀਗਾ ਇਹ ਸਵਾਲ ਇੱਥੇ ਪੁੱਛਿਆ ਗਿਆ ਤਾਂ ਇਸ ਦਾ ਵਿਰੋਧ ਇਸ ਲਈ ਕੀਤਾ ਗਿਆ ਸੀਗਾ ਕਿਉਂਕਿ ਇਸ ਦੇ ਵਿੱਚ ਸਾਰੇ ਦੇ ਸਾਰੇ ਗੋਰੇ ਮੈਂਬਰ ਸੀਗੇ इस दे सारे के सारे जो गोरे मैंबर थे कोई भी भारतीय मैंबर इस नहीं कोई भी इंडियन मैंबर इस दे नहीं इस दे करके इसका विरोध जो किया गया इसके इसका विरोध जया हाँ जी क्लियर हो सारे नु? कोई डाउट किसी कोई डाउट ठीक है तो गौरमेंट ऑफ इंडिया एक्ट उन्नीस सौ उन्नी जो आया उसने दसिया दस साल बाद उन्नीस सौ उन्नीस तो एक रोयल कमीशन बैठेगा जर्किंग रिव्यू करेगा रिपोर्ट बनाएगा ਤਾਂ ਕਮਿਸ਼ਨ ਦੇ ਵਿੱਚ 7 ਮੈਂਬਰ ਸੀਗੇ 4 ਕਨਜ਼ਰਵੇਟਿਵ ਸੀਗੇ 2 ਲੈਬਰੇਟਿਸ ਸੀਗੇ 1 ਲਿਬਰਲ ਸੀਗਾ ਤੇ 1 ਚੇਅਰਮੈਨ ਸੀਗੇ ਜਿਹੜਾ ਵਾਸ ਸਵਰ ਜான் ਸਾਈਮਨ ਤੇ ਇੱਥੇ ਇੱਕ ਸਾਡੇ ਕੋਲ ਕਲੇਮੈਂਟ ਐਟਲੀ ਸੀਗੇ ਜਿਹੜੇ ਕਿ ਫਿਊਚਰ ਪ੍ਰਾਈਮ ਮਿਨਿਸਟਰ ਸੀਗੇ ਇੰਗਲੈਂਡ ਦੇ ਕਲੀਅਰ ਤਾਂ ਉਸ ਤੋਂ ਬਾਅਦ ਅੱਗੇ ਗੱਲ ਕਰੀਏ ਤਾਂ ਇੱਥੇ ਜਿਹੜਾ ਕਮਿਸ਼ਨ ਹੈਗਾ ਇਹ ਬਿਠਾਇਆ ਜਾਂਦਾ ਹੈਗਾ ਠੀਕ ਹੈ 3 ਫ फेब्रुवारी 1928 ਨੂੰ ਬੰਬੇ ਦੇ ਵਿੱਚ ਲੈਂਡ ਕਰਦਾ ਸਾਈਮਨ ਤੇ ਉਸ ਦਾ ਜਿਹੜੇ ਕੋਲੀਗ ਸੀਗੇ 7 ਮੈਂਬਰ ਇਹ ਆਉਂਦੇ ਨੇ ਇਹਨਾਂ ਨੂੰ ਬਲੈਕ ਝੰਡੇ ਜਿਹੜੇ ਨੇ ਦਿਖਾਏ ਜਾਂਦੇ ਨੇ ਹੜਤਾਲਾਂ ਕੀਤੀਆਂ ਜਾਂਦੀਆਂ ਨੇ ਕਿਉਂਕਿ ਇਸ ਦੇ ਵਿੱਚ ਇੰਡੀਅਨ ਮੈਂਬਰਸ ਨਹੀਂ ਤੇ ਗੋਰੇ ਮੈਂਬਰ ਅੰਗਰੇਜ਼ਾਂ ਅੰਗਰੇਜ਼ ਮੈਂਬਰਸ ਇੰਡੀਆ ਦਾ ਜਿਹੜਾ ਫਿਊਚਰ ਐਡਮਿਨਿਸਟ੍ਰੇਸ਼ਨ ਡਿਸਾਈਡ ਕਰਨ ਇਹ ਇੰਡੀਅਨ ਨਹੀਂ ਜਾਂਦੇ ਸੀਗੇ ਤਾਂ ਬਹੁਤ ਸਾਰੇ ਭਾਰਤੀਆਂ ਨੇ ਇਸ ਦਾ ਵਿਰੋਧ ਕੀਤਾ ਲਾਲਾ ਰਾਜਪਤਰਾਏ ਜੀ ਇਸ ਸਟ੍ਰਾਈਕ ਦੇ ਵਿੱਚ ਬਹੁਤ ਚੰਗੇ ਲੈਵਲ ਤੇ ਇਨਕਲੂਡਡ ਸੀਗੇ ਸਾਈਮਨ ਗੋ ਬੈਕ ਦੇ ਨਾਰੇ ਲੱਗੇਗੇ ਸਾਈਮਨ ਕਮਿਸ਼ਨ ਗੋ ਬੈਕ ਦੇ ਨਾਰੇ ਲਗਾਏ ਗਏ ਤੇ ਅੰਗਰੇਜ਼ੀ ਸਰਕਾਰ ਨੇ ਇੱਥੇ ਲਾਠੀ ਚਾਰਜ ਜਿਹੜਾ ਸੀ ਅਨਾਉਂਸ ਕੀਤਾ ਜਿਸ ਦੇ ਚੱਲਦੇ ਹੋਏ ਲਾਲਨ ਲਾਜਪਤਰਾਏ ਜੀ ਬਹੁਤ ਬੁਰੀ ਤਰ੍ਹਾਂ ਕਾਇਲ ਹੋਏ ਉਹਨਾਂ ਦੇ ਮੌਤਾਂ ਦੀਆਂ ਸੱਟਾਂ ਲੱਗੀਆਂ ਤੇ ਉਸ ਤੋਂ ਬਾਅਦ ਉਹਨਾਂ ਦਾ ਦਿਹਾਂਤ ਜਿਹੜਾ ਹੈ ਉਹਨਾਂ ਦੀ ਡੈਥ ਜਿਹੜੀ ਹੈ ਇੱਥੇ ਹੋ ਜਾਂਦੀ ਹੈ। ਟੀਅਰ ਜੀ ਚਲੋ ਚਲੀਏ ਅੱਗੇ ਕੋਈ ਡਾਊਟ ਹੈ ਕਿਸ ਨੂੰ ਕੋਈ ਡਾਊਟ ਚਲੋ ਅਗਲਾ ਕੁਐਸਚਨ ਆ ਚੁੱਕਿਆ ਹੈ ਤੇ ਐਟ ਵਿਚ ਆਫ ਦਾ ਫੋਲੋਇੰਗ ਪਲੇਸ ਇਸ ਮਹਾਤਮਾ ਗਾਂਧੀ ਸਟਾਰਟ ਅ ਸਤਿਆਗ੍ਰਹਿ ਅਗੇਂਸਟ ਦਾ ਆਪਰੈਸਿਵ ਪਲਾਂਟੇਸ਼ਨ ਸਿਸਟਮ ਆਪਰੈਸਿਵ ਪਲਾਂਟੇਸ਼ਨ ਸਿਸਟਮ ਨੂੰ ਲੈ ਕੇ ਗਾਂਧੀ ਜੀ ਨੇ ਕਿੱਥੇ ਜਿਹੜਾ ਆਪਣਾ ਸਤਿਆਗ੍ਰਹਿ ਲਾਂਚ ਕੀਤਾ ਸੀਗਾ ਗਾਂਧੀ ਜੀ ਨੇ ਕਿੱਥੇ ਆਪਣਾ ਸਤਿਆਗ੍ਰਹਿ ਲਾਂਚ ਕੀਤਾ ਸੀਗਾ खेड़ा बदौली चंपारणी डांडी हाँ जी करो आंसर करो फटाफट जल्दी जल्दी दैट प्लांटेशन सिस्टम हाँ जी रणवीर सिंह जी यस फाउंडर ऑफ पंजाब नेशनल बैंक बट आई कैन से को फाउंडर क्योंकि नेशनल बैंक की रचना के लाला जी के बहुत सारे लोग होर भी सके ठीक है दयाल सिंह मजीठिया एंड मैनी मैंबरस हाँ जी तो देखो गांधी जी 9 ਜਨਵਰੀ 1915 ਨੂੰ ਸਾਊਥ ਅਫਰੀਕਾ ਤੋਂ ਭਾਰਤ ਵਾਪਸ ਆਉਂਦੇ ਨੇ ਉਸ ਤੋਂ ਬਾਅਦ ਇੰਡੀਆ ਦੀਆਂ ਐਕਟੀਵਿਟੀਜ਼ ਨੂੰ ਰਿਵਿਊ ਕਰਦੇ ਨੇ ਤਾਂ ਇੱਥੇ ਬਿਹਾਰ ਦਾ ਇੱਕ ਇਲਾਕਾ ਸੀਗਾ ਚੰਪਾਰ ਬਿਹਾਰ ਦਾ ਇੱਕ ਇਲਾਕਾ ਸੀਗਾ ਚੰਪਾਰਨ ਇੱਥੇ ਚੱਲਦਾ ਸੀਗਾ ਪੰਜ ਕਥੀਆ ਸਿਸਟਮ ਪੰਜ ਕਥੀਆ ਸਿਸਟਮ ਨਾਓ ਵਾਟ ਇਜ਼ ਥਿਸ ਪੰਜ ਕਥੀਆ ਸਿਸਟਮ ਵਾਟ ਇਜ਼ ਥਿਸ ਪੰਜ ਕਥੀਆ ਸਿਸਟਮ ਪੰਜ ਕਥੀਆ ਸਿਸਟਮ ਦੇ ਵਿੱਚ ਕੀ ਹੁੰਦਾ ਸੀਗਾ ਕਿ ਇੱਕ ਬਿੱਗੇ ਦੇ ਵਿੱਚ ਇੱਕ ਬਿੱਗੇ ਦੇ ਵਿੱਚ ਪੰਜ ਕਥੀਆਂ ਦੇ ਉੱਤੇ ਤੁਸੀਂ ਕਰੋਗੇ ਨੀਲ ਦੀ ਖੇਤੀ ਨੀਲ ਕਹ ਦੋ ਜਾਂ ਇੰਡੀਗੋ ਕਹ ਦੋ ਇੰਡੀਗੋ ਦੀ ਖੇਤੀ ਕਰੋਗੇ ਠੀਕ ਹੈ ਅੰਗਰੇਜ਼ ਕੀ ਕਰਦੇ ਸੀਗੇ ਫੂਡ ਕ੍ਰੌਪਸ ਉਗਾ ਨਹੀਂ ਦਿੰਦੇ ਸੀਗੇ ਉਹਨਾਂ ਤੋਂ ਨੀਲ ਦੀ ਖੇਤੀ ਕਰਵਾਉਂਦੇ ਸੀਗੇ ਉੱਥੇ ਦੇ ਜਿਹੜੇ ਕਿਸਾਨ ਸੀਗੇ ਉੱਥੇ ਦੇ ਜਿਹੜੇ ਮਜ਼ਦੂਰ ਸੀਗੇ ਤਾਂ ਹੋਇਆ ਕਿ ਇੱਥੇ ਦੇ ਕਿਸਾਨ ਮਜ਼ਦੂਰ ਬਹੁਤ ਦੁਖੀ ਸੀਗੇ ਕਿ ਨੀਲ ਦੀ ਖੇਤੀ ਕਰਾਈ ਜਾਂਦੀ ਹੈ ਤਾਂ ਗੋਰੀ ਸਰਕਾਰ ਨੂੰ ਥੋੜੀ ਜੀ ਸਿਫਾਰਿਸ਼ ਕੀਤੀ ਗਈ ਉਹਨਾਂ ਨੂੰ ਬੁਗੁਜਾਰਿਸ਼ ਕੀਤੀ ਗਈ ਤਾਂ ਉਹਨਾਂ ਨੇ ਇੱਥੇ ਪੰਜ ਕਥੀਆ ਸਿਸਟਮ ਨੂੰ ਰੀਪਲੇਸ ਕਰਕੇ ਤਿੰਨ ਕਥੀਆ ਸਿਸਟਮ ਚਲਾਤਾ ਤਿੰਨ ਕਥੀਆ ਸਿਸਟਮ ਹੁਣ ਮਜ਼ਦੂਰ ਜਿਹੜੇ ਸੀਗੇ ਉਹ ਥੋੜੇ ਜਿਹਾ ਠੀਕ ਸੀਗੇ ਬਟ ਹੁੰਦਾ ਕੀ ਹੈ ਸਡਨਲੀ ਮਾਰਕੀਟ ਦੇ ਵਿੱਚ ਜਰਮਨ ਡਾਈਸ ਆ ਗਈਆਂ ਜਰਮਨੀ ਨੇ ਆਪਣੀਆਂ ਡਾਈਸ ਜੜੀਆਂ ਸੀਗੀਆਂ ਉਹ ਇੰਟਰੋਡਿਊਸ ਕਰਤੀਆਂ ਤੇ ਜਰਮਨ ਡਾਈਸ ਆਣ ਦੇ ਨਾਲ ਇੰਡੀਗੋ ਦੀ ਜਿਹੜੀ ਡਿਮਾਂਡ ਸੀਗੀ ਇਹ ਡਿਕਰੀਜ਼ ਹੋ ਗਈ ਇਹ ਡਿਕਰੀਜ਼ ਹੋ ਗਈ ਹੁਣ ਅੰਗਰੇਜ਼ੀ ਹਕੂਮਤ ਜਿਹੜਾ ਕੀ ਇੰਡੀਗੋ ਜਾਂ ਜਿਹੜਾ ਨੀਲ ਇੱਥੇ ਉਗਵਾਂਦੀ ਸੀਗੀ ਉਸ ਦਾ ਕੀ ਕਰੇ ਕਿਉਂਕਿ ਉਹਨਾਂ ਦਾ ਜਿਹੜਾ ਪੈਸਾ ਲਾਸ ਸੀਗਾ ਮਨੀ ਲਾਸ ਜਿਹੜਾ ਸੀਗਾ ਉਹ ਹੋਣ ਲੱਗ ਗਿਆ ਜਰਮਨ ਡਾਈਸ ਦੇ ਇੰਟਰੋਡਿਊਸ ਹੋਣ ਦੇ ਨਾਲ ਤਾਂ ਇਸ ਦਾ ਇਫੈਕਟ ਸਿੱਧਾ ਦਾ ਸਿੱਧਾ ਮਾਰਕੀਟ ਦੇ ਉੱਤੇ ਪਿਆ ਇਹਨਾਂ ਕਿਸਾਨਾਂ ਦੇ ਉੱਤੇ ਪਿਆ ਗੋਰੀ ਸਰਕਾਰ ਨੇ ਆਪਣੇ ਰੈਵਨਿਊਜ਼ ਨੂੰ ਡਿਕਰੀਸ ਨਹੀਂ ਕੀਤਾ ਇਹਨਾਂ ਦੇ ਉੱਤੇ ਬੋਝ ਪਾਣਾ ਸ਼ੁਰੂ ਕਰ ਦਿੱਤਾ ਜਿੰਨੇ ਵੀ ਕਿਸਾਨ ਸੀਗੇ ਇਹਨਾਂ ਦੇ ਉੱਤੇ ਬਰਡਨ ਪਾਣਾ ਸ਼ੁਰੂ ਕਰ ਦਿੱਤਾ ਇਹਨਾਂ ਤੋਂ ਕਰ ਵਸੂਲਿਆ ਜਾਂਦਾ ਇਹਨਾਂ ਤੋਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਚਾਰजेस ਵਸੂਲੇ ਜਾਂਦੇ ਇਹ ਲੋਕ ਜਿਹੜੇ ਸੀਗੇ ਰੋਟੀ ਤਕਨੀ ਖਾਂ ਜੋਗੇ ਇਹਨਾਂ ਕੋਲ ਪੈਸੇ ਬਚੇ ਤਾਂ ਇਹਨਾਂ ਦੇ ਵਿੱਚੋਂ ਇੱਕ ਬੰਦਾ ਰਾਜਕੁਮਾਰ ਸ਼ੁਕਲਾ ਸੰਤ੍ਰੋਤ ਨੂੰ ਨਾਲ ਲੈ ਕੇ ਗਾਂਧੀ ਜੀ ਕੋਲ ਪਹੁੰਚਦਾ ਹੈ ਗਾਂਧੀ ਜੀ ਉਸ ਤੋਂ ਬਾਅਦ ਜੇਬੀ ਕਰੇਲਾਨੀ ਰਾਜੇਂਦਰ ਪ੍ਰਸਾਦ ਇਹਨਾਂ ਨੂੰ चंपारण बिहार ਦੇ ਵਿੱਚ ਆਉਂਦੇ ਨੇ ਤੇ ਇਸ اپਰੇਸਿਵ 플ਾਂਟੇਸ਼ਨ ਸਿਸਟਮ ਦੇ ਵਿਰੋਧ ਸत्याग्रह ਲਾਂਚ ਕਰਦੇ ਨੇ so this is चंपारण बिहार this is चंपारण बिहार ਜਿਸ ਨੂੰ चंपारण सत्याग्रह ਵੀ ਕਿਹਾ ਜਾਂਦਾ ਹਾਂਜੀ ਕਲੀਅਰ ਜੀ ਸਮਝ ਆਇਆ ਬੱਚੇ ਠੀਕ ਹੈ ਜੀ ਸਮਝ ਆਇਆ ਜੀ ਚਲੋ ਚੱਲਦੇ ਹਾਂ ਅੱਗੇ ਨੈਕਸਟ ਕੁਐਸਚਨ ਹਾਂਜੀ ਇਸ ਕੁਐਸਚਨ ਦਾ ਆਨਸਰ ਦੇਖਦੇ ਆ ਕਿਹੜਾ ਬੱਚਾ ਕਰੇਗਾ ਕਰੋ ਜਲਦੀ ਜਲਦੀ ਆਨਸਰ 1904 ਦੇ ਵਿੱਚ 1904 ਦੇ ਵਿੱਚ ਇੱਕ ਸੀਕ੍ਰੇਟ ਸੁਸਾਇਟੀ ਰੈਵੋਲੂশনারੀਜ਼ ਵੀ ਬਣਾਈ ਗਈ ਸੀਗੀ ਜਿੰਨੇ ਵੀ ਕ੍ਰਾਂਤੀਕਾਰੀ ਸੀਗੇ ਉਹਨਾਂ ਕ੍ਰਾਂਤੀਕਾਰੀਆਂ ਨੇ ਮਿਲ ਕੇ ਇੱਕ ਸੀਕ੍ਰੇਟ ਸੁਸਾਇਟੀ ਬਣਾਈ ਸੀਗੀ ਜਿਹਨੂੰ ਕਿਹਾ ਗਿਆ ਅਬਿਨਾਵ ਭਾਰਤ ਸੁਸਾਇਟੀ ਅਬਿਨਾਵ ਭਾਰਤ ਸੁਸਾਇਟੀ 1904 ਦੇ ਵਿੱਚ ਤਾਂ ਇਹ ਕਿਹਨੇ ਬਣਾਈ ਸੀਗੀ ਕਿ ਇਹਨਾਂ ਦੇ ਵਿੱਚੋਂ ਕਿਹਨੇ ਬਣਾਈ ਤੁਸੀਂ ਗੀ ਕੋੜੀ ਰਾਮ ਬੋਸ ਸ਼ਿਆਨਜੀ ਕ੍ਰਿਸ਼ਨਾ ਵਰਮਾ ਹਰਦੇয়াল ਜੀ ਜਾਂ ਵੀ.ਡੀ. ਸਵਰਕਰ ਹਾਂਜੀ ਕਿਸ ਨੇ ਬਣਾਈ ਸੀਗੀ ਸਾਰੇ ਬੱਚੇ ਆਨਸਰ ਕਰੋ ਜਲਦੀ ਜਲਦੀ ਪਤਾ ਲੱਗੇ ਕਿਉਂ ਕਿ ਨੂੰ ਪਤਾ ਹੈ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਬਹੁਤ ਵਧੀਆ ਆਨਸਰ ਕਰਦੇ ਰਹੋ ਆਨਸਰ ਕਰਦੇ ਰਹੋ ਸੈਸ਼ਨ ਨੂੰ ਸ਼ੇਅਰ ਕਰਦੇ ਥੋੜਾ ਜਿ ਹਾਂਜੀ ਤਾਂ ਇਹ ਸੀਗੇ ਵਿਨਾਇਕ ਦਾਮੋਦਰ ਸਵਰਕਰ ਵੀਰ ਸਵਰਕਰ ਜੀ ਨੇ ਅਭਿਨਵ ਭਾਰਤ ਸੁਸਾਇਟੀ ਬਣਾਈ ਸੀਗੀ 1904 ਦੇ ਵਿੱਚ 1904 ਦੇ ਵਿੱਚ ਠੀਕ ਹੈ ਵੀਡੀ ਸਵਰਕਰ ਜੀ ਨੇ ਬਣਾਈ ਸੀਗੀ ਵੀਡੀ ਸਵਰਕਰ ਜੀ ਨੇ ਇੱਥੇ ਬਣਾਈ ਸੀਗੀ that is the ਅਭਿਨਵ ਭਾਰਤ ਸੁਸਾਇਟੀ ਅਭਿਨਵ ਭਾਰਤ ਸੁਸਾਇਟੀ ਚਲੋ ਅੱਗੇ ਚੱਲਦੇ ਹਾਂ ਅਗਲਾ ਕੁਐਸਚਨ ਅਗਲਾ ਕੁਐਸਚਨ ਹੈਗਾ 1857 ਦੇ ਵਿਦਰੋਹ ਨੂੰ ਲੈ ਕੇ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਜਿਹੜੀ ਹੈਗੀ ਹੈ ਉਹ ਕਰੈਕਟ ਹੈਗੀ ਹੈ ਸਹੀ ਹੈਗੀ ਹੈ ਹਾਂਜੀ ਕਵੈਸਚਨ ਥੋੜਾ ਜਿਹਾ ਟਿਪੀਕਲ ਹੈ ਧਿਆਨ ਦੇ ਨਾਲ ਪੜਿਓ ਤੇ ਧਿਆਨ ਦੇ ਨਾਲ ਆਨਸਰ ਕਰਿਓ 1857 ਦੇ ਵਿਦਰੋਹ ਨੂੰ ਲੈ ਕੇ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਜਿਹੜੀ ਹੈ ਉਹ ਸਹੀ ਹੈ ਇਹ ਦੱਸਣਾ ਹੈਗਾ ਤਾਂ 1 ਬਾਈ 1 ਸਾਨੂੰ ਸਾਰੀਆਂ ਸਟੇਟਮੈਂਟਸ ਪੜ੍ਹਨੀਆਂ ਪੈਣਗੀਆਂ ਇੱਕ ਇੱਕ ਕਰਕੇ ਪਹਿਲੀ ਸਟੇਟਮੈਂਟ ਕਹਿੰਦੀ ਹੈ ਇਹ ਰਿਵੋਲਟ ਜਿਹੜਾ ਹੈਗਾ ਕੇਅਰਫੁਲੀ ਆਰਗੇਨਾਈਜ਼ ਕੀਤਾ ਗਿਆ ਸੀਗਾ ਤੇ ਪਲਾਨਡ ਕੀਤਾ ਗਿਆ ਸੀਗਾ ਰਾਜਾ ਨਵਾਬ ਸਹਿ ਤਾਲੁਕਦਾਰ ਦੇ ਦੁਆਰਾ ਤਾਂ ਦੇਖੋ ਇੱਕ ਪਲਾਨਡ ਸਟਾਰਟ ਹੋਇਆ ਤਾਂ ਵਿਰੋਧ ਵਿਦਰੋਹ ਹੈ ਨਹੀਂ ਸੀਗਾ ਇਸ ਕਰਕੇ ਪਹਿਲੀ ਸਟੇਟਮੈਂਟ ਤਾਂ ਮੇਰੀ ਗਲਤ ਹੋ ਜਾਂਦੀ ਹੈ ਸੈਕਿੰਡ ਸਟ

ਅਫਵਾਹਾਂ ਉੜਦੀਆਂ ਗਈਆਂ ਤੇ ਵਿਦਰੋਹ ਜਿਹੜਾ ਸੀਗਾ ਥੋੜਾ ਬਹੁਤ ਫੈਲਦਾ ਗਿਆ ਤੇ ਕਿਤੇ-ਕਿਤੇ ਸ਼ਾਂਤ ਵੀ ਹੁੰਦਾ ਗਿਆ ਬ੍ਰਿਟਿਸ਼ ਜਿਹੜੇ ਸੀਗੇ ਇਹਨਾਂ ਨੇ ਕੰਟਰੋਲ ਕਰ ਲਿਆ ਸੀਗਾ ਰੈਬਲਸ ਨੂੰ ਈਜ਼ਲੀ ਨਹੀਂ ਕਰ ਪਾਏ ਸੀਗੇ ਕਿਉਂਕਿ ਰੈਬਲਸ ਫੈਲਦੇ ਜਾ ਰਹੇ ਸੀਗੇ ਠੀਕ ਹੈ ਤਾਂ ਸਾਡਾ ਆਨਸਰ ਕੀ ਬਣੂਗਾ ਇੱਥੇ ਰੈਬਲਸ ਨੇ 1857 ਦੇ ਵਿੱਚ ਜਿਹੜਾ ਇੱਥੇ ਵਿਦਰੋਹ ਕੀਤਾ ਉਸ ਦੇ ਚੱਲਦੇ ਹੋਏ ਕਾਸਟ ਤੇ ਕ੍ਰੀਡ ਨੂੰ ਕੋਈ ਫਰਕ ਨਹੀਂ ਪਿਆ ਠੀਕ ਹੈ ਯਾਨੀ ਕਿ ਜਾਤ ਪਾਤ ਨੂੰ ਪਰਾ ਲਾ ਕੇ ਲੋਕੀ ਆਪਸ ਦੇ ਵਿੱਚ ਮਿਲ ਜੁਲ ਕੇ ਅੰਗਰੇਜ਼ੀ ਸਰਕਾਰ ਦੇ ਖਿਲਾਫ ਲੜੇ 1857 ਦਾ ਵਿਦਰੋਹ ਜਿਹੜਾ ਹੈ ਅੱਗੇ ਵਧਿਆ ये विद्रोह सक्सेसफुल नहीं हो पाया उसके कई सारे कारण सिगे जिमें कि सब तो मेन कारण ऑल इंडिया जीडी इतने मौजूदगी नहीं हो सकी ऑल इंडिया पार्टीपेन नहीं हो सकता सारे लोगों ने पार्टीपेट नहीं किया एक मेन रीजन लैके चल सकते हैं हाँ जी क्लीयर होया सारे नो कोई डाउट तो नहीं है किसी चलो अगला क्वेश्चन आ चुका तो स्क्रीन परमानेंट सेटलमेंट ऑफ बंगोल तुम सारे नु पता होगा परमानेंट सोसाइटी इन सैटलमेंट ऑन द रूरल सोसाइटी इन बंगोल तो ठीक है जिम्मे कि परमानेंट सैटलमेंट ऑफ बंगोल तुम्हारा सारों पता है ਉਸ ਦੇ ਚਲਦੇ ਹੋਏ ਉਸ ਦੇ ਕਨਸੀਕਵੈਂਸਿਸ ਕੀ ਸੀਗੇ ਉਸ ਦੇ ਕਨਸੀਕਵੈਂਸਿਸ ਕੀ ਨਿਕਲੇ ਠੀਕ ਹੈ ਤਾਂ ਦੇਖੋ ਕਨਸੀਕਵੈਂਸਿਸ ਜਿਹੜੇ ਇੱਥੇ ਨਿਕਲ ਕੇ ਆਏ ਸੀਗੇ ਨਾ that is of the basically uh, permanent society of bengal ਤਾਂ ਜਿਹੜੇ ਮਜ਼ਦੂਰ ਜਿਹੜੇ ਮਜ਼ਦੂਰ ਪੀਜ਼ੈਂਟਸ ਜਿਹੜੇ ਇੱਥੇ ਰਹਿੰਦੇ ਸੀਗੇ ਨਾ ਪਿੰਡਾਂ ਦੇ ਵਿੱਚ ਆ ਬੇਸਿਕਲੀ ਬੰਗਾਲ ਦੇ ਜਿਹੜੇ ਰੂਰਲ ਲੱਕੇ ਸੀਗੇ ਉੱਥੇ ਜਿਹੜੇ ਪੀਜ਼ੈਂਟਸ ਰਹਿੰਦੇ ਸੀਗੇ ਮਜ਼ਦੂਰ ਰਹਿੰਦੇ ਸੀਗੇ ਤਾਂ ਕੁਝ ਮਜ਼ਦੂਰ ਜਿਹੜੇ ਸੀਗੇ ਆਪਣਾ ਗੁਜ਼ਾਰਾ ਮੁਸ਼ਕਿਲਾਂ ਕਰਦੇ ਸੀਗੇ ਤੇ ਕੁਝ ਮਜ਼ਦੂਰ ਇਹਦਾ ਦੇ ਸੀਗੇ ਜਿਨ੍ਹਾਂ ਕੋਲ ਚੰਗੀ ਚੰਗੀ ਜ਼ਮੀਨ ਉਹਨਾਂ ਨੇ ਆਪਣੇ ਅੰਦਰ ਲੈ ਰੱਖੀ ਸੀਗੀ ਤੇ ਵਧੀਆ ਗੁਜ਼ਾਰਾ ਕਰ ਰਹੇ ਸੀਗੇ ਤਾਂ ਜਿੰਨੇ ਵੀ ਰਿਚ ਪੀਜ਼ੈਂਟ ਸੀਗੇ ਉਹਨਾਂ ਨੂੰ ਇੱਥੇ ਕਿਹਾ ਜਾਣ ਲੱਗਾ ਉਹਨਾਂ ਦਾ ਗਰੁੱਪ ਬਣਾ ਕੇ ਉਹਨੂੰ ਉਹਨੂੰ ਕਿਹਾ ਜਾਣ ਲੱਗਾ ਜੋਟਦਾਰਸ ਠੀਕ ਹੈ ਜੋਟੇਦਾਰਸ ਉਹਨਾਂ ਨੂੰ ਕਿਹਾ ਗਿਆ ਜੋਟੇਦਾਰਸ ਤੇ ਇਹ ਜੋਟੇਦਾਰ ਜਿਹੜੇ ਹੈਗੇ ਆਪਣੀ ਪਿੰਡ ਦੇ ਵਿੱਚ ਆਪਣੀ ਜਿਹੜੀ ਪੋਜੀਸ਼ਨ ਹੈਗੀ ਹੈ ਇਸ ਨੂੰ ਇੰਪਰੂਵ ਕਰਨ ਦੇ ਵਿੱਚ ਸਕਸੈਸਫੁਲ ਰਹੇ ਇਹਨਾਂ ਨੇ ਆਪਣੀ ਪੋਜੀਸ਼ਨ ਨੂੰ ਇੱਥੇ ਇੰਪਰੂਵ ਕੀਤਾ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਆਪਣੀ ਜਿਹੜੀ ਪੋਜੀਸ਼ਨ ਹੈਗੀ ਹੈ ਇਹਨਾਂ ਨੇ ਚੰਗੀ ਮਜ਼ਬੂਤ ਬਣਾਈ ਖੁਦ ਨੂੰ ਇੱਥੇ ਚੰਗੀ ਤਰ੍ਹਾਂ ਇੰਪਰੂਵ ਕਰਨ ਦੀ ਕੋਸ਼ਿਸ਼ ਜਿਹੜੀ ਇੱਥੇ ਕੀਤੀ ਇਹ ਸੀਗਾ ਅ ਗਰੁੱਪ ਆਫ ਰਿਚ ਪੀਪਲਸ ਨਾਨ ਐਸ ਜੋਟੇਦਾਰ ਸਕਸੀਡਡ ਇਨ ਕਨਸੋਲੀਡੇਟਿੰਗ देयर ਪੋਜੀਸ਼ਨ ਇਨ ਦਾ ਵਿਲੇजेस ਇਹ ਇੱਥੇ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ ਕਲੀਅਰ ਚਲੋ ਅੱਗੇ ਚੱਲਦੇ ਆ ਨੈਕਸਟ ਕੁਐਸਚਨ ਦੇ ਵੱਲ ਅਗਲਾ ਕੁਐਸਚਨ ਸਾਨੂੰ ਕੀ ਕਹਿੰਦਾ ਹੈ ਮਹਾਤਮਾ ਗਾਂਧੀ ਜੀ ਨੇ ਡਾਂਡੀ ਮਾਰਚ ਕੀਤਾ ਸੀਗਾ ਜਿਹੜਾ ਕਿ ਇੱਕ ਗ੍ਰੇਟ ਇਵੈਂਟ ਸੀਗਾ ਇੰਡੀਆ ਦੇ ਫ੍ਰੀडम ਸਟ੍ਰਗਲ ਵਿੱਚ ਇਹ ਕਿਸ ਚੀਜ਼ ਦੇ ਨਾਲ ਐਸੋਸੀਏਟਡ ਹੈ ਇਹ ਕਿਹੜੀ ਚੀਜ਼ ਦੇ ਨਾਲ ਐਸੋਸੀਏਟਡ ਹੈ ਡਾਂਡੀ ਮਾਰਚ ਤਾਂ ਦੇਖੋ ਡਾਂਡੀ ਮਾਰਚ ਦੇ ਨਾਲ ਨਾਲ ਐਸਐ ਸਿਵਲ ਡਿਸਆਬੀਡੈਂਸ ਮੂਵਮੈਂਟ ਸਟਾਰਟ ਹੋਈ ਸੀਗੀ ਹੁਣ ਡਾਂਡੀ ਮਾਰਚ ਨੂੰ ਸਟਾਰਟ ਇਸ ਲਈ ਕੀਤਾ ਗਿਆ ਸੀਗਾ ਕਿਉਂਕਿ ਅੰਗਰੇਜ਼ੀ ਸਰਕਾਰ ਨੇ ਅੰਗਰੇਜ਼ੀ ਸਰਕਾਰ ਨੇ ਗਾਂਧੀ ਜੀ ਦੀਆਂ ਡਿਮਾਂਡਸ ਜਿਹੜੀਆਂ ਸੀਗੀਆਂ ਗਾਂਧੀ ਜੀ ਨੇ 11 ਡਿਮਾਂਡਸ ਭੇਜੀਆਂ ਸੀਗੀਆਂ ਅੰਗਰੇਜ਼ੀ ਸਰਕਾਰ ਨੂੰ ਤਾਂ ਇਹਨਾਂ ਦੀਆਂ 11 ਡਿਮਾਂਡਸ ਜਿਹੜੀਆਂ ਸੀਗੀਆਂ ਉਹ ਨਹੀਂ ਮੰਨੀਆਂ ਗਈਆਂ ਸੀਗੀਆਂ ਗਾਂਧੀ ਜੀ ਦੀਆਂ 11 ਡਿਮਾਂਡਸ ਨਹੀਂ ਮੰਨੀਆਂ ਗਈਆਂ ਸੀਗੀਆਂ ਤੇ ਲਾਰਡ ਇਰਵਿਨ ਨੂੰ ਭੇਜੀਆਂ ਗਈਆਂ ਸੀਗੀਆਂ ਉਹ ਨਹੀਂ ਮੰਨੀਆਂ ਤਾਂ ਉਸ ਤੋਂ ਬਾਅਦ ਗਾਂਧੀ ਜੀ ਨੇ सिविल डिसओबीडियंस मूवमेंट एंड ਉਸ ਦੇ ਨਾਮ ਨਾਲ ਇੱਥੇ ਡਾਂਡੀ ਮਾਰਚ ਦੀ ਦੀ ਸ਼ੁਰੂਆਤ ਇੱਥੇ ਕੀਤੀ ਸੀਗੀ ਸాల్ਟ ਲਾਅ ਨੂੰ ਬ੍ਰੇਕ ਕੀਤਾ ਗਿਆ ਸੀਗਾ ਤਾਂ ਸాల్ਟ ਲਾਅ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਆਪਾਂ ਇੱਥੇ ਕਾਦੀ ਗੱਲ ਕਰਦੇ ਆ ਐਨ ਐ ਸੀ ਐਲ ਸੋਡੀਅਮ ਕਲੋਰਾਇਡ ਸੋਡੀਅਮ ਕਲੋਰਾਇਡ ਹਾਂਜੀ ਸੀਗਾ ਨਾ ਆਸਾਨ ਜਿਹਾ ਕੁਐਸਚਨ ਸੀਗਾ ਬਿਲਕੁਲ ਸਿੰਪਲ ਜਿਹਾ ਸਵਾਲ ਸੀਗਾ ਠੀਕ ਹੈ ਪੇਪਰ 'ਚ ਜਾ ਕੇ ਇਹ ਸਿੰਪਲ ਜਿਹੇ ਕੁਐਸਚਨ ਹੀ ਸਾਨੂੰ ਕਨਫਿਊਜ਼ ਕਰ ਦਿੰਦੇ ਆ ਪੇਪਰ 'ਚ ਅਸੀਂ ਇਹ ਸਿੰਪਲ ਜਿਹੇ ਕੁਐਸਚਨਸ ਨੂੰ ਦੇਖ ਕੇ ਹੀ ਕਨਫਿਊਜ਼ ਹੋ ਜਾਂਦੇ ਆ ਚਲੋ ਅਗਲੇ ਕੁਐਸਚਨ ਦੇ ਵੱਲ ਚੱਲਦੇ ਆਂ ਅਗਲਾ ਕੁਐਸਚਨ ਕੀ ਕਹਿੰਦਾ ਹੈ 31 ਦਸੰਬਰ 1929 ਨੂੰ ਠੀਕ ਹੈ ਇਹਨਾਂ ਦੇ ਵਿੱਚੋਂ ਕਾਂਗਰਸ ਦਾ ਕਿਹੜਾ ਸੈਸ਼ਨ ਸੀਗਾ ਜਿੱਥੇ ਪੂਰਨ ਸਵਰਾਜ ਦੀ ਮੰਗ ਰੱਖੀ ਗਈ ਜਿੱਥੇ ਪੂਰਨ ਸਵਰਾਜ ਦੀ ਮੰਗ ਇੱਥੇ ਰੱਖੀ ਗਈ ਸੀ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 1928 ਦੇ ਵਿੱਚ ਆਪਾਂ ਸਾਈਮਨ ਕਮਿਸ਼ਨ ਦੀ ਗੱਲ ਕੀਤੀ ਠੀਕ ਹੈ ਸਾਈਮਨ ਕਮਿਸ਼ਨ ਆਇਆ ਸਾਈਮਨ ਕਮਿਸ਼ਨ ਤੋਂ ਬਾਅਦ 1928 ਦੇ ਵਿੱਚ ਹੀ ਇੱਥੇ ਨਹਿਰੂ ਰਿਪੋਰਟ ਆਉਂਦੀ ਹੈ ਨਹਿਰੂ ਰਿਪੋਰਟ ਆਉਂਦੀ ਹੈ ਨਹਿਰੂ ਰਿਪੋਰਟ ਡੈਨਮੋਸਾ ਮੋਤੀ ਲਾਲ ਨਹਿਰੂ ਰਿਪੋਰਟ ਬੋਤੀ ਲਾਲ ਨਹਿਰੂ ਰਿਪੋਰਟ ਉਸ ਤੋਂ ਬਾਅਦ 1928 ਦੇ ਵਿੱਚ ਹੀ ਜਿੰਨਾ ਦਾ 14 ਪੁਆਇੰਟ ਫਾਰਮੂਲਾ ਹੁੰਦਾ ਜਿੰਨਾ ਦਾ 14 ਪੁਆਇੰਟ ਫਾਰਮੂਲਾ ਹੁੰਦਾ ਜਿੰਨਾ ਜੀ ਆਪਣਾ 14 ਪੁਆਇੰਟ ਫਾਰਮੂਲਾ ਦਿੰਦੇ ਆ ਠੀਕ ਹੈ ਜਿੰਨਾ ਜੀ ਆਪਣਾ 14 ਪੁਆਇੰਟ ਫਾਰਮੂਲਾ ਦਿੰਦੇ ਆ ਤੇ ਉਸ ਤੋਂ ਬਾਅਦ 1928 ਦੇ ਵਿੱਚ 1928 ਦੇ ਵਿੱਚ ਜਦੋਂ ਕਾਂਗਰਸ ਦਾ ਸੈਸ਼ਨ ਹੁੰਦਾ ਹੈ 1928 ਦੇ ਵਿੱਚ ਡਿਸੰਬਰ 1928 ਦੇ ਵਿੱਚ ਤਾਂ 1928 ਦੇ ਸੈਸ਼ਨ ਦੇ ਵਿੱਚ ਕਾਂਗਰਸ ਕੀ ਕਰਦੀ ਹੈ ਕਾਂਗਰਸ ਨਹਿਰੂ ਰਿਪੋਰਟ ਨੂੰ ਅਡਾਪਟ ਕਰ ਲੈਂਦੀ ਹੈ ਨਹਿਰੂ ਰਿਪੋਰਟ ਨੂੰ ਅਡਾਪਟ ਕਰਦੀ ਹੈ ਤੇ ਇਸ ਦੇ ਨਾਲ ਨਾਲ ਗੱਲ ਕਰਦੀ ਹੈ ਸਾਨੂੰ ਕੀ ਚਾਹੀਦਾ ਡੋਮਿਨਿਅਨ ਸਟੇਟਸ ਚਾਹੀਦਾ ਬਟ ਕਾਂਗਰਸ ਦੇ ਵਿੱਚ ਜਿਹੜੇ ਯੂਥ ਲੀਡਰ ਸੀਗੇ ਜਿਹੜੇ ਯੰਗਸਟਰ ਸੀਗੇ ਜਿਵੇਂ ਕਿ ਜਵਾਹਰ ਲਾਲ ਨਹਿਰੂ ਇਹੋ ਜਿਹੜੇ ਲੀਡਰ ਸੀਗੇ ਇਹ ਕਾਂਗਰਸ ਦੀ ਡੋਮਿਨਿਅਨ ਸਟੇਟਸ ਦੀ ਡਿਮਾਂਡ ਦੇ ਨਾਲ ਖੁਸ਼ ਨਹੀਂ ਹੋਏ ਇਹ ਕੀ ਕਹਿੰਦੇ ਸੀਗੇ ਕਿ ਡੋਮਿਨਿਅਨ ਸਟੇਟਸ ਤਾਂ ਤੁਸੀਂ ਕਿੰਨੇ ਸਾਲਾਂ ਤੋਂ ਮੰਗ ਲਿਆ ਤੁਹਾਨੂੰ ਮਿਲ ਗਿਆ ਹੁਣ ਮੰਗ ਹੋਣੀ ਚਾਹੀਦੀ ਹੈ ਪੂਰਨ ਸਵਰਾਜ ਸਾਨੂੰ ਕੰਪਲੀਟ ਇੰਡੀਪੈਂਡੈਂਸ ਚਾਹੀਦੀ ਹੈ ਪੂਰਨ ਜਿਹੜੇ ਯੂਥ ਲੀਡਰ ਸੀਗੇ ਤੇ ਜਿਹੜੇ ਬਜ਼ੁਰਗ ਲੀਡਰ ਸੀਗੇ ਇਹਨਾਂ ਦੇ ਵਿੱਚ ਸਮਝੌਤਾ ਕਰਨ ਦੇ ਲਈ ਗੱਲ ਹੁੰਦੀ ਹੈ ਕਿ ਚਲੋ ਆਪਾਂ ਅੰਗਰੇਜ਼ੀ ਸਰਕਾਰ ਨੂੰ 2 ਸਾਲ ਦਾ ਟਾਈਮ ਦਿੰਨੇ ਆਂ ਅਗਰ 2 ਸਾਲ 'ਚ ਨਹੀਂ ਮੰਨੇ ਤਾਂ ਆਪਾਂ ਪੂਰਨ ਸਵਰਾਜ ਦੀ ਮੰਗ ਰੱਖ ਲਾਂਗੇ ਆਪਾਂ ਕੰਪਲੀਟ ਇੰਡੀਪੈਂਡੈਂਸ ਕਰਾਂਗੇ ਅਗਰ 2 ਸਾਲ ਦੇ ਵਿੱਚ ਇਹਨਾਂ ਨੇ ਸਾਨੂੰ ਕੀ ਡੋਮੀਨੈਂਟ ਸਟੇਟਸ ਨਹੀਂ ਦਿੱਤਾ ਫਿਰ ਤੋਂ ਵਿਵਾਦ ਹੋਇਆ ਤਾਂ 2 ਸਾਲ ਨੂੰ ਡਿਕਰੀਸ ਕਰਕੇ 1 ਸਾਲ ਕੀਤਾ ਗਿਆ ਤਾਂ 1 ਸਾਲ ਇੱਥੇ ਰੱਖਿਆ ਗਿਆ ਸੀਗਾ ਕਿ 1 ਸਾਲ ਦੇ ਵਿੱਚ ਵਿੱਚ ਅਗਰ ਅੰਗਰੇਜ਼ਾਂ ਨੇ ਸਾਨੂੰ ਡੋਮੀਨੈਂਟ ਸਟੇਟਸ ਨਹੀਂ ਦਿੱਤਾ ਤਾਂ ਫਿਰ ਸਾਡੀ ਮੰਗ ਹੋਏਗੀ ਕੰਪਲੀਟ ਇੰਡੀਪੈਂਡੈਂਸ ता उस तो इतने उस दिसंबर उन्नीस सौ अठाई तो बाद एक साल पूरा होंगे दिसंबर उन्नीस सौ उन्ती हो जाता है तो दिसंबर उन्नीस सौ उन्ती कांग्रेस का लाहौर सैशन होंगे जिस देबी जनवरी उन्नीस सौ तीह का दिन जो है चूज किया जाता है दैट इज पूर्ण स्वराज का दिन पूर्ण स्वराज का दिन सो so दिस वॉज लाहौर सैशन हाँ जी क्लीयर होाउट है किसी हाँ जी कोई डाउट किसी न

हमेशा एक ही डिमांड रखी चाहे साइमन कमीशन चाहे चाहे राउंड टेबल कॉन्फ्रेंस चाहेड राउंड टेबल कॉन्फ्रेंस अंबेडकर ने हमेशा एक ही डिमांड रखी डिप्रैसड क्लासिपरेट तो इलेक्टोरेट सिस्टम यानी कि डिप्रैसड कलासिस जीडिया है उन्होंने अलग तो रिप्रजेंटे चाहिए है उन्होंने अलग तो इलेक्शन चाहिए है जिमें कि उन्नीस सौ नौ दोरलेमेंटरी फॉर्म जरा मुस्लिम कम्यूनिटीज अलग तो इलेक्शन लैके आया उ ही डिमांड इतने रखी गई थी डिप्रैसड क्लासिस अलग तो इतने रिप्रजेंटे बट गांधी जी हमेशा इस चीज़ के खिलाफ सिगे गांधी जी चाहते थे ਕੀ ਅਸਲੀ ਕਮਿਊਨਿਟੀਆਂ ਨੂੰ ਵੰਡ ਰਹੇ ਆ ਆਪਸ ਦੇ ਵਿੱਚ ਅਗਰ ਤੁਸੀਂ ਉਹਨੂੰ ਸੈਪਰੇਟ ਇਲੈਕਟਰੇਟ ਦੇ ਦੋਗੇ ਤਾਂ ਤੁਸੀਂ ਉਹਨੂੰ ਸਮਾਜ ਦਾ ਇੱਕ ਅਲੱਗ ਹਿੱਸਾ ਬਣਾ ਦੋਗੇ ਤਾਂ ਗਾਂਧੀ ਜੀ ਇੱਥੇ ਕੀ ਜਾਂਦੇ ਸੀਗੇ ਕਿ ਉਹਨਾਂ ਨੂੰ ਸਮਾਜ ਦੇ ਵਿੱਚ ਜੋੜ ਕੇ ਹੀ ਉੱਚ-ਨੀਚ ਨੂੰ ਖਤਮ ਕਰਨਾ ਛੂਹ-ਛੂਤ ਨੂੰ ਖਤਮ ਕਰਨਾ ਇਸੇ ਲਈ ਸੈਕੰਡ ਰਾਉਂਡ ਟੇਬਲ ਕਾਨਫਰੰਸ ਤੋਂ ਬਾਅਦ ਜਦੋਂ 1932 ਦੇ ਵਿੱਚ ਰੈਮਸੇ ਮੈਕਡੋਨੈਟ ਦੇ ਦੁਆਰਾ ਕਾਮੂਨਲ ਅਵਾਰਡ ਅਨਾਉਂਸ ਕੀਤੇ ਜਾਂਦੇ ਨੇ ਕਾਮੂਨਲ ਅਵਾਰਡ ਅਨਾਉਂਸ ਕੀਤੇ ਜਾਂਦੇ ਨੇ ਦਾ ਗਾਂਧੀ ਜੀ ਇਸ ਚੀਜ਼ ਤੋਂ ਨਰਾਜ ਹੋ ਜਾਂਦੇ ਨੇ ਤੇ ਵਰਤ ਤੇ ਚਲੇ ਜਾਂਦੇ ਨੇ ਫਾਸਟ ਤੇ ਚਲੇ ਜਾਂਦੇ ਨੇ ਤੇ ਗਾਂਧੀ ਜੀ ਦਾ ਉਹ ਫਾਸਟ ਫਿਰ ਖਤਮ ਕਰਾਉਣ ਵਾਸਤੇ ਠੀਕ ਹੈ ਇੱਥੇ ਗਾਂਧੀ ਜੀ ਨਾਲ ਤੇ ਅੰਬੇਡਕਰ ਦੇ ਵਿੱਚ ਇੱਕ ਸਮਝੋਤਾ ਸਾਈਨ ਹੁੰਦਾ ਜਿਹਨੂੰ ਆਪਾਂ ਪੂਨਾ ਪੈਕਟ ਵੀ ਕਹਿੰਦੇ ਆ ਜਿਹਨੂੰ ਆਪਾਂ ਪੂਨਾ ਪੈਕਟ ਕਹਿੰਦੇ ਆ ਠੀਕ ਹੈ ਜਿਸ ਦੇ ਨਾਲ ਗਾਂਧੀ ਜੀ ਨੇ ਇੱਥੇ ਕੀ ਕਿਹਾ ਕਿ ਪੂਨਾ ਪੈਕਟ ਦੇ ਨਾਲ ਇੱਥੇ ਕਿਹਾ ਗਿਆ ਕਿ ਜਿੰਨੀਆਂ ਵੀ ਇੱਥੇ ਇਹ ਸਾਡੇ ਕੋਲ ਡਿਪਰੈਸਡ ਕਲਾਸਿਸ ਹੈ ਇਹਨਾਂ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਜਾਵੇ ਇਹਨਾਂ ਨੂੰ ਕਾਨੂੰਨ ਦੇ ਵਿੱਚ ਰਿਪਰੈਜ਼ੈਂਟੇਸ਼ਨ ਦਿੱਤੀ ਜਾਵੇ ਨਾ ਕਿ ਸੈਪਰੇਟ ਇਲੈਕਟਰੇਟ ਦਿੱਤਾ ਜਾਵੇ ਤਾਂ ਇੱਥੇ ਆਲ ਇੰਡੀਆ ਡਿਪਰੈਸਡ ਕਲਾਸਿਸ ਕਾਨਫਰੈਂਸ ਜਿਹੜੀ ਹੈ ਉਹ ਹੋਈ ਸੀਗੀ ਇੱਥੇ ਸੈਪਰੇਟ ਇਲੈਕਟਰੇਟ ਫੋਰ ਅਨਟਚੇਬਲਸ ਨੂੰ ਲੈ ਕੇ ਆਪਸ਼ਨ ਬੀ ਹਾਂਜੀ ਪਤਾ ਲੱਗਿਆ ਕੋਈ ਡਾਊਟ ਹੈ ਕਿਸੇ ਬੱਚੇ ਨੂੰ ਠੀਕ ਹੈ ਕਿਸੇ ਬੱਚੇ ਨੂੰ ਕੋਈ ਡਾਊਟ ਹੈ ਤਾਂ ਤੁਸੀਂ ਦੱਸ ਸਕਦੇ ਹੋ ਕਲੀਅਰ ਜੀ ਚਲੀਏ ਅੱਗੇ ਚਲੋ ਅੱਗੇ ਚੱਲਦੇ ਹਾਂ ਸਤਿ ਸ਼੍ਰੀ ਅਕਾਲ ਮੁਹੰਮਦ ਸਾਹਿਬ ਚਲੋ ਦਾ ਵਰਕ ਸੀਆਰ ਉਲ ਮੋਟਖੇਰੀਨ ਵਿਚ ਡਿਸਕਰਾਇਬ ਦਾ ਬੈਟਲ ਆਫ ਪਲਾਸੀ ਇਨ 1757 ਡੈਟ ਵਾਸ ਰਿਟਨ ਬਾਈ ਵਿਚ ਆਫ ਦਾ ਫੋਲੋਇੰਗ ਹਾਂਜੀ ਸੀਆਰ ਉਲ ਮੋਟਖੇਰੀਨ ਕਿਨੇ ਲਿਖਿਆ ਸੀਗਾ ਜਿਹੜਾ ਕੀ ਬੈਟਲ ਆਫ ਪਲਾਸੀ ਨੂੰ ਡਿਫਾਈਨ ਕਰਦਾ ਹੈ ਆਓ ਥੋੜਾ ਜੀ ਨਜ਼ਰ ਬੈਟਲ ਆਫ ਪਲਾਸੀ ਤੇ ਪਾਉਣੇ ਆ ਪਲਾਸੀ ਦੀ ਲੜਾਈ ਤੇ ਪਾਉਣੇ ਆ ਤਾਂ ਦੇਖੋ ਬੰਗਾਲ ਦਾ ਨਵਾਬ ਸੀਗਾ ਸਿਰਾਜੁਦਦਲਾ ਸਿਰਾਜ ਉਦਦਲਾ ਸਿਰਾਜੁਦਦਲਾ ਜਦੋਂ ਬੰਗਾਲ ਦਾ ਨਵਾਬ ਬਣਿਆ ਤਾਂ ਇਹਨੇ ਅੰਗਰੇਜ਼ਾਂ ਨੂੰ ਕੋਈ ਸਪੈਸ਼ਲ ਟ੍ਰੀਟਮੈਂਟ ਨਹੀਂ ਦਿੱਤਾ ਇਹਨੇ ਅੰਗਰੇਜ਼ਾਂ ਨੂੰ ਵੀ ਉਵੇਂ ਹੀ ਟ੍ਰੀਟ ਕੀਤਾ ਜਿਵੇਂ ਇਹ ਬਾਕੀ ਲੋਕਾਂ ਨੂੰ ਟ੍ਰੀਟ ਕਰਦਾ ਸੀਗਾ ਅੰਗਰੇਜ਼ੀ ਸਰਕਾਰ ਇਸ ਚੀਜ਼ ਤੋਂ ਹੈਰਾਨ ਹੋਈ ਕਿ ਬੰਗਾਲ ਦਾ ਨਵਾਬ ਸਾਨੂੰ ਸਪੈਸ਼ਲ ਟ੍ਰੀਟਮੈਂਟ ਕਿਉਂ ਨਹੀਂ ਦੇ ਰਿਹਾ ਉਸਦੇ ਵਿਰੋਧ ਜਦੋਂ ਅੰਗਰੇਜ਼ੀ ਹਕੂਮਤ ਨੇ ਪੋਰਟ ਵਿਲੀਅਮ ਨੂੰ ਫੋਰਟੀਫਾਈ ਕਰਨ ਵਾਸਤੇ ਇੱਥੇ ਅਰਜ਼ੀ ਭੇਜੀ that is to the Siraj-ud-Daulah the Nawab of Bengal ਤਾਂ ਇਸਨੇ ਐਪਲੀਕੇਸ਼ਨ ਰਿਜੈਕਟ ਕਰ ਦਿੱਤੀ ਕਿ ਫੋਰਟ ਵਿਲੀਅਮ ਨੂੰ 45 ਨਹੀਂ ਕੀਤਾ ਜਾਏਗਾ ਇਸ ਦੇ ਚਲਦੇ ਹੋਏ ਇਹਨੇ ਕਸੀਮ ਬਾਜ਼ਾਰ ਦੇ ਵਿੱਚ ਜਿਹੜੀ ਅੰਗਰੇਜ਼ਾਂ ਦੀ ਫੈਕਟਰੀ ਸੀਗੀ ਉਸ ਤੇ ਕੰਟਰੋਲ ਕਰ ਲਿੱਤਾ ਇਸ ਦੇ ਨਾਲ ਨਾਲ ਫੋਰਟ ਵਿਲੀਅਮ ਦੇ ਉੱਤੇ ਵੀ ਪਹੁੰਚ ਗਿਆ ਉੱਥੇ ਵੀ ਕੰਟਰੋਲ ਕਰ ਰਿਆ ਸੀਗਾ ਉੱਥੇ ਇਸ ਨੇ 146 ਅੰਗਰੇਜ਼ਾਂ ਨੂੰ ਕੈਦ ਕੈਦੀ ਕਿ ਬਣਾਇਆ ਜਿਸ ਦੇ ਵਿੱਚੋਂ 123 ਅੰਗਰੇਜ਼ ਇਸ ਦੀ ਕੈਦ ਦੇ ਵਿੱਚ ਮਰ ਜਾਂਦੇ ਨੇ ਇੱਕੋ ਨਾਲ ਇੱਕ ਹੀ ਰਾਤ ਦੇ ਵਿੱਚ ਤੇ ਜਿਸ ਨੂੰ ਇੱਥੇ ਬਲੈਕ ਹੋਲ ਟਰੈਜੇਡੀ ਬੋਲਿਆ ਜਾਂਦਾ ਬਲੈਕ ਹੋਲ ਟਰੈਜੇਡੀ ਬੋਲਿਆ ਜਾਂਦਾ ਜਿਸ ਜਿਸ ਨੂੰ ਲੈ ਕੇ ਚਰਚੇ ਪੂਰੀ ਦੁਨੀਆ ਦੇ ਵਿੱਚ ਪਹੁੰਚ ਗਏ ਠੀਕ ਹੈ ਜਿਸ ਨੂੰ ਲੈ ਕੇ ਚਰਚੇ ਪੂਰੀ ਦੁਨੀਆ ਦੇ ਵਿੱਚ ਪਹੁੰਚ ਗਏ ਉੱਥੇ ਬ੍ਰਿਟੇਨ ਦੇ ਵਿੱਚ ਬ੍ਰਿਟੇਨ ਦੇ ਰਹਿਣ ਵਾਲੇ ਨਿਵਾਸੀਆਂ ਨੇ ਆਪਣੀ ਸਰਕਾਰ ਨੂੰ ਥੁਥੂ ਕੀਤਾ ਕਿ ਸਾਡੀ ਸਰਕਾਰ ਨੇ ਇਹ ਕਿਹੋ ਜੀ ਘਟਨਾ ਘਟਵਾ ਦਿੱਤੀ ਬ੍ਰਿਟੇਨ ਦੇ ਵਿੱਚ ਲੋਕਾਂ ਤੱਕ ਖਬਰ ਪਹੁੰਚ ਗਈ ਜਿਸ ਨੂੰ ਅੱਗੇ ਵਧਾਉਂਦੇ ਹੋਏ ਬ੍ਰਿਟਿਸ਼ ਸਰਕਾਰ ਨੇ ਰੋਬਰਟ ਕਲਾਈਵ ਨੂੰ ਭੇਜਿਆ ਕਿ ਜਾਓ ਬਾਏ ਹੁਕ ਔਰ ਬਾਏ ਕਰੁਕ ਬਾਏ ਹੁਕ ਔਰ ਬਾਏ ਕਰੁਕ ਤੁਸੀਂ ਸਿਰਾਜੋ ਦੋਲਾ ਨੂੰ ਖਤਮ ਕਰਕੇ ਆਓ ਤਾਂ ਰੋਬਰਟ ਕਲਾਈਵ ਤੇ ਇਥੇ ਸ਼ਿਰਾਜੁਦੁੱਲਾ ਦੇ ਵਿੱਚ ਜੂਨ 1976 ਜੂਨ 1757 ਦੇ ਵਿੱਚ ਲੜਾਈ ਹੁੰਦੀ ਹੈ ਪਲਾਸੀ ਦੇ ਵਿੱਚ ਜਿਸ ਨੂੰ ਆਪਾਂ ਬੈਟਲ ਆਫ ਪਲਾਸੀ ਕਹਿੰਦੇ ਆ ਇਹ ਲੜਾਈ ਜਿਹੜੀ ਹੈਗੀ ਹੈ ਸ਼ਿਰਾਜੁਦੁੱਲਾ ਹਾਰ ਗਿਆ ਸੀਗਾ ਅੰਗਰੇਜ਼ਾਂ ਦੀ ਜਿੱਤ ਹੋਈ ਸੀਗੀ ਰੋਬਰਟ ਕਲਾਈਵ ਜਿੱਤ ਗਏ ਸੀਗੇ ਕਿਉਂ ਸ਼ਿਰਾਜੁਦੁੱਲਾ ਦਾ ਜਿਹੜਾ ਕਮਾਂਡਰ ਇਨ ਚੀਫ ਸੀਗਾ ਮੀਰ ਜ਼ਾਫਰ ਉਸਨੇ ਤੋਖਾ ਦਿੱਤਾ ਤੇ ਇਹ ਰੋਬਰਟ ਕਲਾਈਵ ਦੇ ਨਾਲ ਮਿਲ ਗਿਆ ਸੀਗਾ ਰੋਬਰਟ ਕਲਾਈਵ ਦੇ ਨਾਲ ਮਿਲ ਗਿਆ ਸੀਗਾ ਸੋ ए स्थिरार उल ने लिखा हुआ है गुलाम हुसैन ने लिखे गुलाम हुसैन हाँ जी गुलाम हुसैन हाँ जी वेरी गुड वेरी गुड कुछ बच्चे ने आंसर किया थिंक सिर्फ एक दो बच्चे ने आंसर किया मोहम्मद साहब ने आंसर किया गुलाम अंकल बाकी बच्चे इतने आंसर नहीं कर पाए थे तो पता लग गया उन क्लियर हो गया सारे नु? ठीक है गुलाम हुसैन गुलाम हुसैन चलो अगे चल नैक्स क्वेश्चन तत्वा बोधिनी सभा तत्वा बोधिनी की थी नाथ टैगोर केशव चंद्र सेन अक्षय कुमार दत्ता द्वारका नाथ टैगौर हां जी किसने बनाई थी इतने तत्वा बोधिनी सभा तत्व बोधिनी सभा करो आंसर तो बच्चों तत्व बोधिनी सभा वेरी गुड वेरी गुड ਇਹ 1839 ਦੇ ਵਿੱਚ ਦਵਿੰਦਰਨਾਥ ਟੈਗੋਰ ਦੇ ਦੁਆਰਾ ਇੱਥੇ ਬਣਾਈ ਗਈ ਸੀ ਦਵਿੰਦਰਨਾਥ ਟੈਗੋਰ ਦੇ ਦੁਆਰਾ 1839 ਦੇ ਵਿੱਚ 1839 ਦੇ ਵਿੱਚ ਠੀਕ ਹੈ ਜੀ ਚਲੋ ਅਗਲੇ ਕੁਐਸਚਨ ਤੇ ਚੱਲਾਂਗੇ ਦ ਸਟੇਟ ਆਫ ਹైਦਰਾਬਾਦ ਇਨ ਦਾ ਡੈਕਨ ਆਫੀਸ਼ੀਅਲੀ ਅਸੈਂਡਡ ਟੂ ਦਾ ਇੰਡੀਅਨ ਯੂਨੀਅਨ ਇਨ ਦਾ ਈਅਰ ਦੇਖੋ ਹైਦਰਾਬਾਦ ਦੇ ਜਿਹੜੇ ਨਵਾਬ ਸੀਗੇ ਨਾ ਉਹ ਮੁਸਲਮ ਨੂੰ ਇੱਥੇ ਰਿਪਰੈਜ਼ੈਂਟ ਕਰਦੇ ਸੀਗੇ ਕਿਉਂਕਿ ਮੁਸਲਮ ਡੋਮਿਨੇਟਿੰਗ ਏਰੀਆ ਸੀਗਾ ਹైਦਰਾਬਾਦ ਦਾ ਜਦੋਂ 15 ਅਗਸਤ 1947 ਦੇ ਵਿੱਚ ਭਾਰਤ ਆਜ਼ਾਦ ਹੁੰਦਾ ਹੈ ਤਾਂ ਅੰਗਰੇਜ਼ਾਂ ਨੇ ਇੱਥੇ ਕੀ ਕੀਤਾ ਸੀਗਾ ਇੱਕ ਪਾਕਿਸਤਾਨ ਬਣਾਇਆ ਇੱਕ ਇੰਡੀਆ ਬਣਾਇਆ ਤੇ ਉਸ ਤੋਂ ਬਾਅਦ ਇੱਥੇ ਪ੍ਰਿੰਸਲੀ ਸਟੇਟਸ ਜਿਹੜੀਆਂ ਸੀਗੀਆਂ ਪ੍ਰਿੰਸਲੀ ਸਟੇਟਸ ਨੂੰ ਉਹਨਾਂ ਦੀ ਮਰਜ਼ੀ ਤੇ ਛੱਡਤਾ ਕਿ ਇੰਡੀਆ ਨੂੰ ਜੁਆਇਨ ਕਰਨਾ ਹੈ ਇੰਡੀਆ ਕਰੋ ਪਾਕਿਸਤਾਨ ਨੂੰ ਜੁਆਇਨ ਕਰਨਾ ਹੈ ਪਾਕਿਸਤਾਨ ਨੂੰ ਕਰੋ ਜਿਸ ਨੂੰ ਮਰਜ਼ੀ ਜੁਆਇਨ ਕਰੋ ਪਾਕਿਸਤਾਨੀਆ ਇੰਡੀਆ ਕਿਨੂੰ ਮਰਜ਼ੀ ਜੁਆਇਨ ਕਰੋ ਐਂ 第三 ਅਪਸ਼ਨ ਅਗਰ ਇੰਡੀਪੈਂਡੈਂਟ ਰਹਿਣਾ ਤਾਂ ਇੰਡੀਪੈਂਡੈਂਟ ਰੋ ਤਾਂ ਸਟੇਟ ਆਫ ਹਦਰਾਬਾਦ ਨੇ ਚੂਜ਼ ਕੀਤਾ ਕਿ ਅਸੀਂ ਇੰਡੀਪੈਂਡੈਂਟ ਰਹਾਂਗੇ ਅਸੀਂ ਇ ਉਸ ਤੋਂ ਬਾਅਦ ਇਹਨਾਂ ਨੇ ਹైదరాబాద్ ਦੇ ਵਿੱਚ ਰਹਿਣ ਵਾਲੇ ਹਿੰਦੂਆਂ ਦੇ ਉੱਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ ਜਿਸ ਦੀ ਖਬਰ ਜਦੋਂ ਭਾਰਤ ਸਰਕਾਰ ਕੋਲ ਪਹੁੰਚੀ ਇੰਡੀਅਨ ਗਵਰਨਮੈਂਟ ਦੇ ਕੋਲ ਪਹੁੰਚੀ ਤਾਂ ਇੰਡੀਅਨ ਗਵਰਨਮੈਂਟ ਨੇ ਡਿਸਾਈਡ ਕੀਤਾ ਕਿ ਆਪਾਂ ਹైదరాబాద్ ਨੂੰ ਆਪਣੇ ਕੰਟਰੋਲ ਦੇ ਵਿੱਚ ਲੈ ਕੇ ਰਾਂਗੇ ਇਸ ਨੂੰ ਮਿਲਾ ਕੇ ਰਾਂਗੇ ਤਾਂ ਹైదరాబాద్ ਦੇ ਉੱਤੇ ਹਮਲਾ ਕੀਤਾ ਗਿਆ ਸੀਗਾ ਸਟੇਟ ਆਫ ਹైదరాబాద్ ਨੂੰ 1948 ਦੇ ਵਿੱਚ ਇੰਡੀਅਨ ਯੂਨੀਅਨ ਦੇ ਵਿੱਚ ਮਿਲਾ ਲਿੱਤਾ ਗਿਆ ਸੀਗਾ 1948 ਦੇ ਵਿੱਚ ਕਲੀਅਰ ਕੋਈ ਡਾਊਟ ਚਲੋ ਅੱਗੇ ਚੱਲਾਂਗੇ ਨੈਕਸਟ ਕੁਐਸਚਨ ਦੇ ਵੱਲ ਹੰਟਰ ਕਮਿਸ਼ਨ 1882 ਵਾਲਾ ਦੇਖੋ ਹੰਟਰ ਕਮਿਸ਼ਨ ਦੋ ਨੇ ਸੱਡੇ ਗੁਣ ਇੱਕ ਤਾਂ ਹੰਟਰ ਕਮਿਸ਼ਨ এডਿਕੇਸ਼ਨ ਨੂੰ ਲੈ ਕੇ ਆਇਆਗਾ 1882 ਇਹਦੇ ਵਿੱਚ ਇੱਕ ਹੰਟਰ ਕਮਿਸ਼ਨ ਆਇਆ ਸੀਗਾ ਜੱਲਿਆਵਾਲਾ ਬਾਗ ਮੈਸਕਰਦੀ ਰਿਪੋਰਟ ਬਣਾਉਣ ਵਾਸਤੇ ਜੱਲਿਆਵਾਲਾ ਬਾਗ ਜਦੋਂ ਹੋਇਆ ਸੀਗਾ ਉਸ ਦੀ ਰਿਪੋਰਟ ਬਣਾਉਣ ਵਾਸਤੇ ਵੀ ਹੰਟਰ ਕਮਿਸ਼ਨ ਬੈਠਿਆ ਸੀਗਾ 1919 ਦੇ ਵਿੱਚ ਤਾਂ ਇੱਥੇ ਆਪਾਂ ਹੰਟਰ ਕਮਿਸ਼ਨ ਆਫ 1882 ਦੀ ਗੱਲ ਕਰ ਰਹੇ ਹਾਂ ਇਸ ਨੇ ਸਟੇਟ এডਿਕੇਸ਼ਨ ਨੂੰ ਲੈ ਕੇ ਇੱਕ ਸਰਵੇ ਬਿਠਾਇਆ ਸੀਗਾ ਜਿਹੜਾ ਕਿ ਕਿਸ ਚੀਜ਼ ਦੇ ਨਾਲ

ਪ੍ਰੈਫਰਸ ਜਿਹੜੀ ਹੈ ਲਿਟਰੇਟ ਕੈਂਡੀਡੇਟਸ ਨੂੰ ਪੜ੍ਹੇ ਲਿਖੇ ਕੈਂਡੀਡੇਟਸ ਨੂੰ ਦਿੱਤੇ ਜਾਊਗੀ ਇਹਨਾਂ ਨੂੰ ਗਵਰਨਮੈਂਟ ਜੌਬਸ ਤੇ ਲੈਣੀਆਂ ਨੇ ਲੋਅਰ ਲੈਵਲ ਤੇ ਡਿਸਟ੍ਰਿਕਟ ਤੇ ਮਨਿਸਪਲ ਬੋਰਡ ਜਿਹੜੇ ਆ ਇਹਨਾਂ ਨੂੰ ਇੱਥੇ ਰਿਸਪੌਂਸਿਬਿਲਟੀ ਦਿੱਤੀ ਜਾਊਗੀ ਕਿ ਪ੍ਰਾਇਮਰੀ ਐਜੂਕੇਸ਼ਨ ਨੂੰ ਮੈਨੇਜ ਕਰਨ ਦਾ ਕੰਮ ਕਰਨਗੇ ਇਸ ਦੇ ਨਾਲ ਨਾਲ ਸਕੈਂਡਰੀ ਸਕੂਲ ਵੀ ਐਸਟੈਬਲਿਸ਼ ਕੀਤੇ ਜਾਣਗੇ ਪ੍ਰਾਈਵੇਟ ਪਾਰਟੀਆਂ ਦੇ ਦੁਆਰਾ ਤੇ ਪੈਸਾ ਜਿਹੜਾ ਹੈ ਉਹ ਸਰਕਾਰ ਦੇ ਦੁਆਰਾ ਦਿੱਤਾ ਜਾਏਗਾ ਪੈਸਾ ਸਰਕਾਰ ਦੇ ਦੁਆਰਾ ਦਿੱਤਾ ਜਾਏਗਾ ਫੰਡਿੰਗ ਜਿਹੜੀ ਹੈ ਉਹ ਗਵਰਨਮੈਂਟ ਕਰੇਗੀ ਕਲੀਅਰ ਜੀ ਕਲੀਅਰ ਚਲੋ गांधी जी इनिशियली फोर्स द टेक्निक्स ऑफ सत्याग्रह हाँ जी गांधी जी ने टत्याग्रह शुरुआत कितने गांधी जी का जन्म तो इंडिया के गांधी जी ने लॉ की पढ़ाई की लंडन लॉ की पढ़ाई की इंग्लैंड उस तो बाद लॉ प्रैक्टिस की लॉ प्रैक्टिस साउथ साउथ अफ्रीका उस तब गांधी जी देखो गांधी जी लॉ करके इंडिया वापस आए थे इंडिया के कुछ टाइम रह के फिर साउथ अफ्रीका गए थे उस सौ पंद्रह इंडिया वापस आए तो इंडिया के सारे सत्याग्रह इतने गांधी जी ने कि बट सत्याग्रह की शुरुआत गांधी जी ने कितने की टनीक ऑफ सत्याग्रह दैट वॉज इन साउथ अफ्रीका जो गांधी जी उटिस कर रहे थे उदो इिमीनेशन हो उस चीज़ को लेके इत सत्याग्रह की शुरुआत इतने की ਕਲੀਅਰ ਚਲੋ ਅਗਲਾ ਕੁਐਸਚਨ ਦਾ ਕਰਾਚੀ ਰੈਜ਼ੋਲੂਸ਼ਨ ਆਫ ਕਾਂਗਰਸ ਇਨ 1931 ਐਡਵੋਕੇਟਿਡ ਵਿਚ ਵਨ ਆਫ ਦਾ ਫੋਲੋਇੰਗ ਇਸ਼ੂ ਹਾਂਜੀ ਕਾਂਗਰਸ ਦਾ ਜਿਹੜਾ ਕਰਾਚੀ ਰੈਜ਼ੋਲੂਸ਼ਨ ਸੀਗਾ 1931 ਦਾ ਉਹ ਇਹਨਾਂ ਦੇ ਵਿੱਚੋਂ ਕਿਹੜੇ ਇਸ਼ੂ ਨੂੰ ਇੱਥੇ ਐਡਵੋਕੇਟ ਕਰਦਾ ਕਿਹੜੇ ਇਸ਼ੂ ਨੂੰ ਇੱਥੇ ਐਡਵੋਕੇਟ ਕੀਤਾ ਗਿਆ ਸੀਗਾ ਸਟੇਟ ਸ਼ਲ ਨਾਟ ਓਨਰ ਕੰਟਰੋਲ ਕੀ ਇੰਡਸਟਰੀਜ਼ ਐਂਡ ਸਰਵਿਸਿਜ਼ ਕੀ ਇੰਡਸਟਰੀਜ਼ ਤੇ ਸਰਵਿਸਿਜ਼ ਨੂੰ ਸਟੇਟ ਦੇਤੇ ਨਾ ਤਾਂ ਆਪਣੇ ਕੰਟਰੋਲ ਚ ਲਾਏਗਾ ਨਾ ਹੀ ਇੱਥੇ ਉਹਨੂੰ ਆਨ ਕਰੇਗਾ ਸਟੇਟ ਜਿਹੜੀ ਹੈ ਕੀ ਇੰਡਸਟਰੀਜ਼ ਨੂੰ ਹੈਂਡਓਵਰ ਕਰ ਦੇਗਾ ਇੰਡੀਅਨ ਬਿਜ਼ਨਸ ਗਰੁੱਪਸ ਨੂੰ ਸਟੇਟ ਜਿਹੜਾ ਹੈਗਾ ਇੰਡੀਅਨ ਬਿਜ਼ਨਸ ਗਰੁੱਪ ਨੂੰ ਅਲਾਉ ਕਰੇਗਾ ਕਿ 50% ਪੈਸਾ ਉਹ ਲਗਾਣ ਤੇ ਇਸ ਦੇ ਨਾਲ ਨਾਲ ਸਟੇਟ ਜਿਹੜਾ ਹੈਗਾ ਆਨ ਕਰ ਲੇਗਾ ਤੇ ਕੰਟਰੋਲ ਕਰੇਗਾ ਕੀ ਇੰਡਸਟਰੀਜ਼ ਤੇ ਸਰਵਿਸਿਜ਼ ਨੂੰ ਹਾਂਜੀ ਦੱਸੋ ਕਰੋ ਆਨਸਰ ਹਾਂਜੀ ਕਿਹਨੂੰ ਕਿਹਨੂੰ ਆਨਸਰ ਪਤਾ ਹੈ ਇਸ ਕੁਐਸਚਨ ਦਾ ਦੇਖਦੇ ਹਾਂ ਕੌਣ ਆਨਸਰ ਕਰ ਪਾਏਗਾ करो आंसर जल्दी जल्दी नमोसाह द स्टेट शेल ऑनर कंट्रोल की इंडस्ट्रीज एंड सर्विसेज स्टेट जेड़ा है की इंडस्ट्रीज ने एक्वायर करे तो उस तो बाद उस ने मैनेज करने कंट्रोल करने काम भी करे ठीक है मैनेज करने काम भी ये करे सो ऑप्शन डी शुड बी करेक्ट ऑप्शन डी शुड बी करेक्ट क्लियर इन दिस सेशन कांग्रेस अप्टेड रेजोल्यूशन ऑन फंडामेंटल राइट्स एंड इकोनॉमिक पॉलिसी एंड सोशल इकोनॉमिक एंड पॉलिटिकल प्रोग्राम दी शुरुआत इतने होन्दिए जिसनों कराची रेजोल्यूशन में क्या आ गया इस दा इस रेजोल्यूशन दा एक मेन हिस्सा जगा कि गवर्नमेंट ऑनरशिप ते कंट्रोल ऑफ की इंडस्ट्री द क्विट इंडिया मूवमेंट ए स्पोंटेनियस रेवोल्यूशन हां जी ਇਹਨਾਂ ਦੇ ਵਿੱਚੋਂ ਕਿਹੜੀ ਹਿਸਟੋਰੀਅਨ ਨੇ ਸਪੌਂਟੇਨੀਅਸ ਰੈਵੋਲੂਸ਼ਨ ਦਾ ਨਾਮ ਦਿੱਤਾ ਸੀਗਾ क्विट इंडिया मूवमेंट ਨੂੰ ਭਾਰਤ ਛੱਡੋ ਅੰਦੋਲਨ ਡੂ অর ਡਾਈ ਦਾ ਨਾਰਾ ਠੀਕ ਹੈ ਕਰੋ ਜਾਂ ਮਰੋ ਦਾ ਨਾਰਾ ਗਾਂਧੀ ਜੀ ਨੇ ਇੱਥੇ ਦਿੱਤਾ ਸੀਗਾ ਸੋ ਵਿਚ ਆਫ द फॉलोइंग ਬ੍ਰਿਟਿਸ਼ ਹਿਸਟੋਰੀਅਨ ਇਸ ਹੇਅਰ हां जी ਕਰੋ ਅਨਸਰ ਇਸ ਦਾ ਅਨਸਰ ਤਾਂ ਕਰ ਸਕਦੇ ਹੋ हां जी ਇਸ ਦਾ ਅਨਸਰ ਤਾਂ ਤੁਸੀਂ ਸਾਰੇ ਕਰ ਸਕਦੇ ਹੋ ਕਰੋ ਫੜਾ ਫੜਾ ਫੰਸਨ ਮਾਡਰਨ ਹਿਸਟਰੀ ਦੇ ਵਿੱਚ ਇੰਨਾ ਵੀ ਕੁਰੀਓ ਅਨਸਰ ਕਰੋ ਸਾਰੇ ਜਣੇ ਠੀਕ ਹੈ ਸਾਰੇ ਬੱਚੇ ਅਨਸਰ ਕਰੋ ਦੱਸੋ ਤੁਹਾਨੂੰ ਕੀ ਲੱਗਦਾ ਹਾਂਜੀ ਕਿਹਨੂੰ ਕਿਹਨੂੰ ਪਤਾ ਹੈ ਮੈਨੂੰ ਦੱਸੋ ਫੜਾ ਫੜਾ ਕਮੈਂਟ ਸੈਕਸ਼ਨ ਦੇ ਵਿੱਚ ਕਿਨੂੰ ਕਿਨੂੰ ਇਸ ਦਾ ਅਨਸਰ ਪਤਾ ਹੈ ਜਲਦੀ ਜਲਦੀ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਜਲਦੀ ਜਲਦੀ ਸੋ ਆਈ ਥਿੰਕ ਮੈਨੂੰ ਦੱਸਣਾ ਪਊਗਾ

वैदर और नॉट दे बिलीव इंडिया वॉज रेडी उस टाइम तोचया क्विट इंडिया मूवमेंट तो बाद ये सोचने का समय नहीं है कि पार्टी को आजादी देने तैयार ने या नहीं ने यह मौका आ चुका है कि जल्दी तो जल्दी इंडिया अस छ के जाइए इतने की अपनी गोमेंट्स क्विट करिए उस टाइम तक डि डिसाइड कर लिता गया सीगा। उस टाइम तक डिसाइड कर लिता गया सीगा। चलो अगला क्वेश्चन तो स्क्रीन पर बहुत ही आसान क्वेश्चन है वाला तो इस क्वेश्चन का आंसर कोई गलत नहीं करेगा March? March हाँ जी जल्दी, जल्दी, जल्दी आंसर करो वैरी गुड वैरी गुड दिस वॉज लॉर्ड इरविन गांधी इरविन समझौता भूल गए ठीक है गांधी इरविन समझौता उन्नीस सौ कती होगा गांधी जी की इसे डांडी मार्च तो बाद जो तो फस्ट राउंड टेबल कॉन्फ्रेंस हिस्सा नहीं लिता गया उस तो बाद इतने को गा। गांधी इरविन समझौता क्योंकि लॉर्ड उस टाइम इंडिया रॉय से इंडिया के वॉयस रॉय सेड इरविन नैक्सट क्वेश्चन इन द ईयर कमेटी ऑफ कांग्रेस लीडर फॉर इंडिया द कमेटी वॉज हैडेड बाय हाँ जी उन्नीस सौ अठाई ਕਾਂਗਰਸ ਨੇ ਕਾਂਗਰਸ ਦੀ ਇੱਕ ਕਮੇਟੀ ਦੇ ਲੀਡਰਸ ਨੇ ਇੱਥੇ ਕਨਸਟੀਟਿਊਸ਼ਨ ਇੰਡੀਆ ਦਾ ਤਿਆਰ ਕੀਤਾ ਸੀਗਾ ਇਸ ਕਮੇਟੀ ਨੂੰ ਕਿਨੇ ਹੈੱਡ ਕੀਤਾ ਸੀਗਾ ਸੋ ਥਿਸ ਵਾਸ ਅ ਵੈਰੀ ਈਜ਼ੀ ਕੁਐਸਚਨ ਐਂਡ ਮੈਂ ਇਸ ਦਾ ਆਨਸਰ ਪਹਿਲੇ ਕਰ ਚੁੱਕਿਆ ਆਲਰੇਡੀ ਅਗਰ ਤੁਸੀਂ ਸਟਾਰਟਿੰਗ ਤੋਂ ਸੈਸ਼ਨ ਦੇਖ ਰਹੇ ਹੋ ਤਾਂ ਤੁਸੀਂ ਇਸ ਕੁਐਸਚਨ ਦਾ ਆਨਸਰ ਈਜ਼ੀਲੀ ਕਰ ਸਕਦੇ ਹੋ ਹਾਂਜੀ ਵੈਰੀ ਗੁੱਡ ਥਿਸ ਵਾਸ ਮੋਤੀ ਲਾਲ ਨਹਿਰੂ ਨਹਿਰੂ ਰਿਪੋਰਟ ਆਫ 1928 ਉਹਨੇ ਪੜਿਆ ਸੀ ਆਪਾਂ ਥਿਸ ਵਾਸ ਮੋਤੀ ਲਾਲ ਨਹਿਰੂ ਮੋਤੀ ਲਾਲ ਨਹਿਰੂ ਵੈਰੀ ਗੁੱਡ ਵੈਰੀ ਗੁੱਡ ਚਲੋ ਤਾਂ ਇਹ ਸੀਗਾ ਸਾਡਾ ਅੱਜ ਦਾ ਸੈਸ਼ਨ ਜਿਸ ਦੇ ਵਿੱਚ ਆਪਾਂ ਇੰਪੋਰਟੈਂਟ ਕੁਐਸ਼ਨਸ ਨੂੰ ਡਿਸਕਸ ਕੀਤਾ 댓 ਇਜ਼ ਆਫ ਮਾਡਰਨ ਹਿਸਟਰੀ ਆਈ ਹੋਪ ਤੁਹਾਨੂੰ ਸੈਸ਼ਨ ਚੰਗਾ ਲੱਗਿਆ ਹੋਵੇਗਾ ਚੰਗਾ ਲੱਗਿਆ ਤਾਂ ਲਾਈਕ ਨਹੀਂ ਕਰਨਾ ਨਹੀਂ ਭੁੱਲਣਾ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਸ਼ੇਅਰ ਕਰਨਾ ਨਹੀਂ ਭੁੱਲਣਾ ਠੀਕ ਹੈ ਅਗਰ ਸੈਸ਼ਨ ਚੰਗਾ ਲੱਗਿਆ ਤਾਂ ਉਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਦਾ ਕਿ ਸਾਡਾ ਕੋਰਸ ਅੱਜ ਤੋਂ ਸਟਾਰਟ ਹੋ ਚੁੱਕਿਆ ਹੈ ਜਿਹੜੇ ਵੀ ਬੱਚੇ ਐਨਰੋਲ ਕਰਨਾ ਚਾਹੁੰਦੇ ਨੇ ਉਹ ਕਰ ਸਕਦੇ ਨੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਅਵੇਲੇਬਲ ਹੈ ਨੰਬਰ ਅਵੇਲੇਬਲ ਹੈ ਕੋਈ ਡਾਊਟ ਹੈਗਾ तो कोई डाउट तेजे को मैं इतने भी पूछ सकते हो ठीक है कोई भी डाउट अगर किसी को है तो पूछ सकते हो एंड तो इलावा भीडियो की टैस सीरीज जी ऑन है दिसंबर महीने के दे पेपर होने वाला हैगा दैट इज ऑफ कल कम डाटा एंट्री ओपरेटर उसू लैके एक टैस बहुत जल्दी इतना तो देखने मिलेगी क्लियर गायस सो अज इन्ना ही थैंक यू सो मच सारे बच्चे लाइक कमेंट शेयर करना नहीं भूलना लाइक कमेंट शेयर करना नहीं भुलना थैंक यू सो मच